ਤੁਸੀਂ ਡਾਈਨਿੰਗ ਟੇਬਲ 'ਤੇ ਬਹਿੰਦੇ ਹੋ, ਜਦੋਂ ਤੁਸੀਂ ਰੋਟੀ ਦੀ ਬੁਰਕੀ ਤੋੜਦੇ ਹੋ ਤਾਂ ਤੁਸੀਂ ਉਸ ਬੁਰਕੀ ਦੇ ਪਿੱਛੇ ਉਸ ਕਿਸਾਨ ਦੀ ਸ਼ਿੱਦਤ ਦੇਖੋ ਕਿੰਨੀ ਜ਼ਿਆਦਾ ਹੈ। ਤਾਂ ਮੈਨੂੰ ਲੱਗਦਾ ਕਿ ਸਜਦਾ ਕਰਨਾ ਚਾਹੀਦਾ ਜਿਹੜਾ ਇੰਨੀ ਮਿਹਨਤ ਕਰਕੇ ਜਿਹਦੇ ਬਦੌਲਤ ਸਾਰਾ ਦੇਸ਼ ਪੂਰਾ ਸੰਸਾਰ ਢਿੱਡ ਭਰਦਾ। ਕਿਉਂ ਉਹਨੂੰ ਅੰਨਦਾਤਾ ਕਿਹਾ ਜਾਂਦਾ, ਰੱਬ ਦਾ ਰੁਤਬਾ ਦਿੱਤਾ ਜਾਂਦਾ? ਕਿਉਂਕਿ ਇਹ ਨਹੀਂ ਕਿ ਉਹ ਕਿਸਾਨ ਅਨਾਜ ਪੈਦਾ ਕਰਦਾ, ਲੋਕਾਂ ਦੇ ਦਿਲ 'ਚ ਸਿੰਪਤੀ ਆ ਉਹਦੀ ਮਿਹਨਤ ਨੂੰ ਲੈ ਕੇ। ਪਹਿਲੇ ਦਿਨ ਤੋਂ ਕਹਿਣਾ ਹੋਣਾ ਕਿ ਕਨਵਰ ਬਾਈ ਬੜਾ ਸੁਹਿਰਦ ਹੈ, ਲੱਖਾ ਬਹੁਤ ਸੁਹਿਰਦ ਹੈ, ਇਹਨਾਂ ਦੋਵਾਂ ਦੀ ਡਿਊਟੀ ਲਾ ਦਿੰਦੇ ਤਾਂ ਸਾਰਾ ਕੁਛ ਪਲੈਨਡ ਹੋ ਜਾਣਾ ਸੀ। ਹੁਣ ਵੀ ਲਾ ਦੇਣ, ਮੈਨੂੰ ਲੱਗਦਾ ਕਿ ਅੱਜ ਵੀ ਕਨਵਰ ਅਤੇ ਲੱਖਾ ਦੋ ਬੰਦੇ ਆ ਕੇ ਬਾਈ ਇਹ ਚੀਜ਼ ਸਾਂਭਣ, ਨੌਜਵਾਨੀ ਨੂੰ ਕਹਿਣ ਕੇ, ਤਾਂ ਵੱਡੇ ਪੱਧਰ 'ਚ ਜਿਹੜਾ ਯੂਥ ਹੈ ਉਹ ਹੋਰ ਉਤਸ਼ਾਹ ਨਾਲ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਵਧੂ। ਸਰਕਾਰ ਹੈ ਜਿਹੜੀ ਬਿਲਕੁਲ ਬੋਲੀ ਹੋ ਚੁੱਕੀ ਹੈ, ਜਾਂ ਤਾਂ ਇਹ ਹੈ ਕਿ ਗੌਰਮੈਂਟ ਬਿਲਕੁਲ ਫੇਲ ਹੈ ਸੈਂਟਰ ਦੀ। ਟਾਈਮ ਟਾਈਮ 'ਤੇ ਹਰ ਇੱਕ ਸੂਬੇ 'ਚ ਕਿਸਾਨੀ ਸੰਘਰਸ਼ ਤੋਂ ਬਿਨਾਂ ਵੀ ਵੱਡੇ ਧਰਨੇ ਸਰਕਾਰ ਦੇ ਖਿਲਾਫ ਲੱਗ ਰਹੇ ਆ। ਬਹੁਤ ਸਾਰੇ ਲੋਕਾਂ ਨੇ ਇਹ ਵੀ ਸਵਾਲ ਚੱਕੇ ਆ ਕਿ ਸ਼ਾਇਦ ਇਹਨਾਂ ਨੇ ਸਿਆਸਤ ਵਿੱਚ ਐਂਟਰੀ ਪਾਉਣੀ ਹੈ, ਸ਼ਾਇਦ ਪੋਲੀਟੀਕਲ ਆਪਣਾ ਕਰੀਅਰ ਸ਼ੁਰੂ ਕਰਨਾ ਹੈ, ਤਾਂ ਇਹ ਇਸ ਸੰਘਰਸ਼ ਨੂੰ ਜਿਹੜਾ ਇੱਕ ਢਾਲ ਬਣਾ ਰਹੇ ਨੇ। ਤੁਸੀਂ ਰੁਝਾਨ ਰੱਖਦੇ ਹੋ ਸਿਆਸਤ ਵਿੱਚ ਆਉਣ ਦਾ? ਜਿਹੜਾ ਕਲਾਕਾਰ ਹੈ ਉਹਦੇ ਹਰ ਇੱਕ ਪਾਰਟੀ 'ਚ ਸਿਸਟਮ 'ਚ ਲਿੰਕ ਹੁੰਦੇ ਆ, ਕਿਉਂਕਿ ਉਹ ਪਬਲਿਕ ਫਿਗਰ ਹੈ, ਲੋਕ ਉਹਨੂੰ ਪਿਆਰ ਕਰਦੇ ਆ, ਹਰ ਇੱਕ ਪਾਰਟੀ ਦੇ ਨਾਲ ਉਹਦੇ ਵਧੀਆ ਹੀ ਸੰਬੰਧ ਹੁੰਦੇ ਆ। ਅਤੇ ਕਲਾਕਾਰ ਇੱਕ ਫੇਸ ਇਹੋ ਜਿਹਾ ਹੁੰਦਾ, ਅੱਜ ਕੱਲ੍ਹ ਜੇ ਗੱਲ ਕਰੀਏ ਚਿਹਰੇ ਦੀ ਰਾਜਨੀਤੀ ਪੰਜਾਬ 'ਚ ਵੱਡੀ ਹੈ ਕਿਰਦਾਰ ਦੀ ਰਾਜਨੀਤੀ ਨਾਲੋਂ। ਹੋਣਾ ਤਾਂ ਨਹੀਂ ਚਾਹੀਦਾ, ਪਰ ਇਹ ਸੱਚ ਹੈ ਪੰਜਾਬ ਦਾ। ਤੁਸੀਂ ਕਿਸ ਵਿਹਾਵ 'ਤੇ ਪਰਚਾ ਪਾਇਆ? ਗੱਲ ਜਦੋਂ ਸੰਘਰਸ਼ਾਂ 'ਚ ਚੱਲਦੀਆਂ ਪਰਚਿਆਂ ਦੀ ਨਹੀਂ ਹੁੰਦੀ, ਪਰਚਾ ਇੱਕ ਛੱਡੋ, ਗੌਰਮੈਂਟ 35 ਪਾ ਦੇਵੇ ਨਾ ਸਾਨੂੰ ਕੋਈ ਪਰਵਾਹ। ਜੇ ਇਹ ਪਰਚੇ ਜਿਹੜੇ ਸਾਡੇ 'ਤੇ ਪਾਏ ਗਏ ਆ ਜਾਂ ਬਾਕੀ ਵੀਰਾਂ 'ਤੇ ਹੋਇਆ, ਜੇ ਤਾਂ ਪਾਏ ਗਏ ਆ ਡਰਾਉਣ ਦੀ ਭਾਵਨਾ ਨਾਲ ਕਿ ਅਸੀਂ ਉਹਨਾਂ ਨੂੰ ਡਰਾ ਕੇ ਘਰੇ ਬਿਠਾ ਦਾਂਗੇ, ਫਿਰ ਤਾਂ ਜੀ ਅਸੀਂ ਹੋਰ ਤਾਕਤ ਨਾਲ ਅੱਗੇ ਆਵਾਂਗੇ। ਤਾਂ ਲੋਕਤੰਤਰ ਦੀ ਖੂਬਸੂਰਤੀ ਤਾਂ ਇਹ ਹੁੰਦੀ ਹੈ ਕਿ ਜਿੱਥੇ ਤੁਹਾਡੇ ਵੱਲੋਂ ਚੁਣਿਆ ਹੋਇਆ ਆਗੂ ਤੁਹਾਡੇ ਮੁਤਾਬਕ ਕੰਮ ਨਹੀਂ ਕਰ ਰਿਹਾ, ਤਾਂ ਤੁਸੀਂ ਧਰਨਾ ਲਾ ਕੇ ਇੱਕ ਵੱਡਾ ਇਕੱਠ ਕਰਕੇ ਉਹਨੂੰ ਉਹਦੇ ਅਹੁਦੇ ਤੋਂ ਹਟਾ ਵੀ ਸਕਦੇ ਹੋ, ਅਸਤੀਫਾ ਦੇਣ ਲਈ ਮਜਬੂਰ ਵੀ ਕਰ ਸਕਦੇ ਹੋ, ਜਾਂ ਉਹਦੇ ਤੋਂ ਕੰਮ ਸਹੀ ਕਰਵਾ ਵੀ ਸਕਦੇ ਹੋ। ਹੁਣ ਇੱਕ ਤਾਨਾਸ਼ਾਹ ਰੁਪਈਆ ਗੌਰਮੈਂਟ ਦਾ ਅਪਣਾਇਆ ਹੋਇਆ, ਚੰਦ ਜਿਹੜੇ ਪਰਿਵਾਰ ਨੇ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਨਾ, ਤਾਂ ਮੈਨੂੰ ਲੱਗਦਾ ਕਿ ਬਿਲਕੁਲ ਡੈਮੋਕ੍ਰੇਸੀ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਅਤੇ ਸਭ ਤੋਂ ਵੱਡਾ ਜਿਹੜਾ ਘਾਣ ਅਤੇ ਕਤਲ ਹੋਇਆ ਉਹ ਭਾਰਤ ਦੇ ਵਿੱਚ। ਪਿਛਲੇ ਕਾਫੀ ਲੰਬੇ ਸਮੇਂ ਤੋਂ ਸਾਡੇ ਕਿਸਾਨ ਭਾਈ ਇੱਕ ਸੰਘਰਸ਼ ਦੇ ਵਿੱਚ ਜੁਟੇ ਹੋਏ ਨੇ, ਆਪਣੇ ਹੱਕਾਂ ਨੂੰ ਲੈ ਕੇ ਦਿੱਲੀ ਦੇ ਬਾਰਡਰ 'ਤੇ ਡਟੇ ਹੋਏ ਨੇ। ਬਹੁਤ ਸਾਰੇ ਲੋਕ ਉਹਨਾਂ ਨਾਲ ਜੁੜੇ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਇਤਿਹਾਸ ਬਣ ਗਿਆ ਕਿ ਪੰਜਾਬੀ ਇੰਡਸਟਰੀ ਦੇ ਜਦੋਂ ਕਲਾਕਾਰ ਇਸ ਸੰਘਰਸ਼ ਨਾਲ ਜੁੜੇ, ਫਿਰ ਬਹੁਤ ਸਾਰੇ ਲੋਕ ਉਹਨਾਂ ਦੇ ਪਿੱਛੇ ਪਿੱਛੇ ਉਸ ਰਾਹ 'ਤੇ ਜਾ ਕੇ, ਜਿਹੜੇ ਸਾਡੇ ਬਜ਼ੁਰਗ ਨੇ ਜੋ ਕਿਸਾਨੀ ਸੰਘਰਸ਼ ਦੇ ਲਈ ਆਪਣੇ ਦਿਨ ਰਾਤ ਬੈਠੇ ਹੋਏ ਸੜਕਾਂ 'ਤੇ, ਉਹਨਾਂ ਨਾਲ ਜੁੜੇ। ਔਰ ਇਹ ਗੱਲ ਸੱਚੀ ਵੀ ਹੈ, ਬਹੁਤ ਸਾਰੇ ਅਜਿਹੇ ਆਰਟਿਸਟ ਨੇ, ਵੈਸੇ ਇਸ ਵੇਲੇ ਬਹੁਤ ਸਾਰੇ ਨੇ, ਕਹੂੰਗੀ ਗਿਣਤੀ ਦੇ ਕੁਝ ਹੀ ਅਜਿਹੇ ਆਰਟਿਸਟ ਨੇ ਜੋ ਡੇ 1 ਤੋਂ ਕਿਸਾਨਾਂ ਦੇ ਨਾਲ ਜੁੜੇ ਨੇ, ਇਸ ਸੰਘਰਸ਼ ਦੇ ਨਾਲ ਜੁੜੇ ਨੇ, ਔਰ ਹੁਣ ਤੱਕ ਇਸ ਨਾਲ ਜੁੜੇ ਹੋਏ ਨੇ। ਵਿੱਚ ਬਹੁਤ ਜ਼ਿਆਦਾ ਸਰਗਰਮ ਹੋਇਆ ਇਹ ਕਿਸਾਨੀ ਮੋਰਚਾ, ਉਸ ਤੋਂ ਬਾਅਦ ਕਿਤੇ 26 ਜਨਵਰੀ 2021 ਦੇ ਵਿੱਚ ਜੋ ਚੀਜ਼ ਹੋਈ ਸੀ, ਜੋ ਚੀਜ਼ਾਂ ਹੋਈਆਂ, ਉਸ ਤੋਂ ਬਾਅਦ ਥੋੜ੍ਹਾ ਜਿਹਾ ਠੰਡਾ ਜਿਵੇਂ ਪਿਆ, ਪਰ ਫਿਰ ਵੀ ਜਿੱਥੇ ਬਹੁਤ ਸਾਰੇ ਲੋਕਾਂ ਨੇ ਇਸ ਸੰਘਰਸ਼ ਦਾ ਸਾਥ ਛੱਡਿਆ, ਉੱਥੇ ਕੁਝ ਅਜਿਹੇ ਲੋਕ ਵੀ ਨੇ, ਕੁਝ ਅਜਿਹੇ ਆਰਟਿਸਟ ਵੀ ਨੇ ਜੋ ਹਜੇ ਵੀ ਡਟੇ ਹੋਏ ਨੇ। ਉਹਨਾਂ ਆਰਟਿਸਟ ਵਿੱਚੋਂ ਇੱਕ ਨਾਮ ਹੈ ਜੱਸ ਬਾਜਵਾ ਜੀ ਦਾ। ਜੱਸ ਬਾਜਵਾ ਨੂੰ ਤੁਸੀਂ ਡੇ 1 ਤੋਂ, ਜਿਵੇਂ ਮੈਂ ਕਿਹਾ ਕਿ ਕੁਝ ਆਰਟਿਸਟ ਜਿਹੜੇ ਜੁੜੇ ਹੋਏ ਨੇ ਉਹਨਾਂ ਵਿੱਚੋਂ ਜੱਸ ਬਾਜਵਾ ਜੀ ਹੈ। ਜੱਸ ਬਾਜਵਾ ਨੇ ਡੇ 1 ਤੋਂ ਇਸ ਸੰਘਰਸ਼ ਦਾ ਜਿਹੜਾ ਸਾਥ ਦਿੱਤਾ, ਇਸ ਸੰਘਰਸ਼ ਦੇ ਨਾਲ ਜਿਹੜੇ ਹੈ ਜੁੜੇ, ਔਰ ਕਿਸਾਨਾਂ ਨੂੰ ਹਮੇਸ਼ਾ ਆਪਣੀ ਸਪੋਰਟ ਦਿੱਤੀ। ਸਾਡੇ ਨਾਲ ਇਸ ਵੇਲੇ ਜੱਸ ਬਾਜਵਾ ਨੇ, ਬਹੁਤ ਸਾਰੀ ਦਿੱਕਤਾਂ ਉਹਨਾਂ ਨੂੰ ਵੀ ਦੇਖਣੀਆਂ ਪਈਆਂ, ਬਹੁਤ ਸਾਰੀ ਮੁਸ਼ਕਲਾਂ ਜਿਹੜੀਆਂ ਹੈ ਪਿਛਲੇ ਦਿਨਾਂ ਵਿੱਚ ਉਹਨਾਂ ਨੂੰ ਵੀ ਦੇਖਣੀਆਂ ਪਈਆਂ, FIRs ਵੀ ਜੜੀਆਂ ਹੋਈਆਂ, ਪਰ ਫਿਰ ਵੀ ਜੱਸ ਦੇ ਹੌਸਲੇ 'ਤੇ ਕੋਈ ਵੀ ਅਸੀਂ ਦੇਖ ਰਹੇ ਹਾਂ ਕਿ ਕੋਈ ਚੀਜ਼ ਉਹਨਾਂ ਨੂੰ ਕਮਜ਼ੋਰ ਨਹੀਂ ਕਰ ਰਹੀ ਹੈ, ਹਜੇ ਵੀ ਡਟੇ ਨੇ, ਹਜੇ ਵੀ ਜਿਹੜਾ ਹੈ ਕਿਸਾਨਾਂ ਦੇ ਨਾਲ ਜਿਹੜੇ ਹੈ ਉਹ ਬਿਲਕੁਲ ਖੜੇ ਨੇ। ਜੱਸ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ। ਬਹੁਤ ਮਿਹਰਬਾਨੀ, ਧੰਨਵਾਦ। ਜਿਵੇਂ ਮੈਂ ਕਿਹਾ ਕਿ ਬਹੁਤ ਸਾਰੇ ਆਰਟਿਸਟ ਸ਼ੁਰੂਆਤੀ ਦਿਨਾਂ ਵਿੱਚ ਜੁੜੇ ਸੀਗੇ, ਪਰ ਉਹਨਾਂ ਤੋਂ ਵੀ ਪਹਿਲੇ ਜਦੋਂ ਆਰਟਿਸਟ ਜੁੜਨੇ ਸ਼ੁਰੂ ਹੋਏ, ਤੁਸੀਂ ਸਭ ਤੋਂ ਪਹਿਲੇ ਜਿਹੜੇ ਹੈ ਜੁੜੇ ਹੋ, ਉਸ ਤੋਂ ਬਾਅਦ ਜਿਹੜੇ ਹੈ ਤੁਸੀਂ ਅਨਾਊਂਸ ਕੀਤਾ ਸੀ ਕਿ ਇੱਥੇ ਧਰਨਾ ਲੱਗੂਗਾ, ਇੱਥੇ ਪਹੁੰਚਣ ਇੰਨੇ ਆਰਟਿਸਟ, ਉਸ ਤੋਂ ਬਾਅਦ ਇੰਨੇ ਲੋਕ ਇੱਥੇ ਪਹੁੰਚਣ, ਬਹੁਤ ਸਾਰੇ ਲੋਕ ਜੁੜੇ ਵੀ ਜਦੋਂ ਵੱਡੇ ਪੱਧਰ 'ਤੇ ਆਰਟਿਸਟ ਹੋਰ ਜੁੜਨੇ ਸ਼ੁਰੂ ਹੋਏ। 26 ਜਨਵਰੀ ਦੀ ਘਟਨਾ ਤੋਂ ਬਾਅਦ ਅਸੀਂ ਦੇਖਿਆ, ਜਦੋਂ ਲਾਲ ਕਿਲੇ ਵਾਲੀ ਘਟਨਾ ਹੋਈ, ਉਸ ਤੋਂ ਬਾਅਦ ਦੇਖਿਆ ਕਿ ਬਹੁਤ ਸਾਰੇ ਲੋਕ ਵਾਪਸ ਮੁੜ ਗਏ, ਉਹਨਾਂ ਦੇ ਨਾਲ ਬਹੁਤ ਸਾਰੇ ਪੰਜਾਬੀ ਆਰਟਿਸਟ ਵੀ ਹੈ ਜਿਹੜੇ ਵਾਪਸ ਮੁੜ ਗਏ, ਜੋ ਜਿਨ੍ਹਾਂ ਵਿੱਚੋਂ ਕੁਝ ਤਾਂ ਹਜੇ ਵੀ ਸੋਸ਼ਲ ਮੀਡੀਆ ਉੱਤੇ ਤਾਂ ਪੋਸਟਾਂ ਪਾਉਂਦੇ ਨੇ ਪਰ ਉਸ ਧਰਨੇ 'ਤੇ ਪਹੁੰਚਦੇ ਨਹੀਂ, ਪਰ ਜੱਸ ਬਾਜਵਾ ਹੁਣੀ ਹਜੇ ਵੀ ਜਿਹੜੇ ਹੈ ਇਸ ਧਰਨੇ ਨਾਲ ਜੁੜੇ ਹੋਏ ਨੇ। ਬਹੁਤ ਸਾਰੀ ਦਿੱਕਤਾਂ ਤੁਹਾਨੂੰ ਦੇਖਣੀਆਂ ਪਈਆਂ ਪਿਛਲੇ ਦਿਨ, ਤੁਹਾਡੇ 'ਤੇ FIR ਵੀ ਹੋਈ ਹੈ,
ਕਦੀ ਜਸ ਨੂੰ ਨਹੀਂ ਲੱਗਿਆ ਕਿ ਮੈਂ ਵੀ ਤਾਂ ਇੱਕ ਕਲਾਕਾਰ ਹਾਂ, ਮੈਂ ਵੀ ਤਾਂ ਆਪਣਾ ਜਿਹੜੀ ਦੇਖਣੀ ਰੋਜ਼ੀ ਰੋਟੀ ਕਿੱਦਾਂ ਚੱਲੇਗੀ, ਅਤੇ ਮੈਂ ਇਸ ਧਰਨੇ ਨੂੰ ਜਿੱਦਾਂ ਬਾਕੀ ਛੱਡ ਰਹੇ ਨੇ ਮੈਂ ਵੀ ਛੱਡਾਂ ਅਤੇ ਮੈਂ ਆਪਣੇ ਕੰਮ ਵੱਲ ਜਿਹੜਾ ਪੂਰਾ ਫੋਕਸ ਕਰਾਂ। ਹਾਂ, ਬੜਾ ਸਟੈਪ ਬਾਈ ਸਟੈਪ ਮੈਂ ਗੱਲਾਂ ਦੇ ਜਵਾਬ ਦਊਂਗਾ। ਸਵਾਲ ਤੁਹਾਡਾ ਕਾਫੀ ਲੰਬਾ ਹੈ ਪਰ ਲੋੜੀਂਦਾ ਵੀ ਹੈ। ਜੇ ਗੱਲ ਮੈਂ ਕਰਾਂ ਕਿਸਾਨੀ ਸੰਘਰਸ਼ ਦੀ, ਪਿੱਛੇ ਹਟਣ ਦੀ, ਤਾਂ ਮੈਨੂੰ ਲੱਗਦਾ ਕਿ ਆਰਟਿਸਟ ਮੈਂ ਬਾਅਦ ਚੋਂ ਹਾਂ। ਪਹਿਲਾਂ ਮੈਂ ਉਹ ਚੀਜ਼ਾਂ ਹੰਢਾਈਆਂ ਨੇ ਆਪਣੇ ਆਪ 'ਤੇ, ਮੈਂ ਹੱਥੀਂ ਆਪ ਖੇਤੀ, ਸਾਡਾ ਪਰਿਵਾਰ ਬੈਕਗਰਾਉਂਡ ਅਸੀਂ ਮੱਧ ਵਰਗੀ ਪਰਿਵਾਰਾਂ 'ਚੋਂ ਅੱਗੇ ਆਏ ਹਾਂ ਅਤੇ ਖੇਤੀਬਾੜੀ ਨਾਲ ਸਾਡਾ ਜੱਦੀ ਪੁਸ਼ਤੀ ਇੱਕ ਜੜੋਤ ਰਿਹਾ, ਅਸੀਂ ਜੁੜੇ ਹੋਏ ਹਾਂ, ਖੇਤੀ ਕਰਦੇ ਹਾਂ, ਮੈਂ ਆਪਦੇ ਹੱਥੀਂ ਖੇਤੀ ਕੀਤੀ ਹੈ। ਤਾਂ ਮੈਂ ਕਿਸਾਨ ਦੇ ਉਸ ਭਾਵ ਨੂੰ ਸਮਝਦਾ, ਉਸ ਇਮੋਸ਼ਨ ਨੂੰ ਸਮਝਦਾ ਕਿ ਇਕੱਲਾ ਖੇਤੀ ਨਾਲ, ਮੈਂ ਹਰ ਇੱਕ ਵਾਰ ਇਹ ਗੱਲ ਕਹਿਣਾ ਹੁੰਦਾ, ਸਾਡਾ ਫਾਈਨੈਂਸ਼ਲੀ ਸਿਸਟਮ ਨਹੀਂ ਜੁੜਿਆ। ਪਹਿਲਾਂ ਸੀਗਾ, ਚਲੋ ਚਾਰ ਪੈਸੇ ਬਚ ਜਾਂਦੇ ਸੀ ਜਦੋਂ ਰੇਹਾਂ ਸਪਰੇਹਾਂ ਦਾ ਦੌਰ ਨਹੀਂ ਸੀਗਾ, ਜਦੋਂ ਖੇਤੀ ਬਲਦਾਂ ਤੱਕ ਸੀਮਿਤ ਸੀ। ਜੇ ਮੈਂ ਅੱਜ ਦੀ ਗੱਲ ਕਰਾਂ, ਥੋੜ੍ਹਾ ਜਿਹਾ ਦਿਖਾਵਾ ਖੇਤੀ ਦੇ ਵਿੱਚ ਵੀ ਆਇਆ। ਜੇ ਜ਼ਿਮੀਂਦਾਰਾਂ ਦੀ ਅਸੀਂ ਗੱਲ ਕਰੀਏ ਤਾਂ ਵੱਡੇ ਵੱਡੇ ਟਰੈਕਟਰ, ਐਕਸਟਰਾ ਚੀਜ਼ਾਂ, ਬਿਨਾਂ ਲੋੜ ਤੋਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ, ਇਹ ਕਿਤੇ ਨਾ ਕਿਤੇ ਕਮੀਆਂ ਸਾਡੇ 'ਚ ਵੀ ਰਹੀਆਂ ਨੇ। ਫਿਰ ਦੂਜੀ ਗੱਲ ਜਿਹੜੀ ਖੇਤੀ ਦੀ ਕਰੀਏ, ਅੱਜ ਦੀ ਡੇਟ 'ਚ ਸਮਾਂ ਉਹ ਆ ਗਿਆ ਕਿ ਪਾਣੀ ਬਹੁਤ ਡੂੰਘੇ ਹੋ ਚੁੱਕੇ ਆ ਥੱਲੇ, ਅਤੇ ਰੇਹੀ ਸਪਰੇਹੀ ਕਾਰਨ ਜਿਹੜਾ ਵੱਡੇ ਪੱਧਰ 'ਤੇ ਜ਼ਹਿਰ ਧਰਤੀ ਦੇ ਵਿੱਚ ਘੁਲ ਚੁੱਕੇ ਆ, ਉਹ ਸਾਡੇ ਵਾਤਾਵਰਨ ਨੂੰ, ਸਾਡੀ ਕੁਦਰਤ ਨੂੰ ਡੈਮੇਜ ਤਾਂ ਕਰਦਾ। ਪਰ ਜੇ ਮੈਂ ਗੱਲ ਕਰਾਂ ਐਜ਼ ਅਨ ਜ਼ਿਮੀਂਦਾਰ ਹੁੰਦੇ ਹੋਏ, ਕਿਸਾਨ ਹੁੰਦੇ ਹੋਏ, ਹੋਰ ਮੇਰੇ ਕੋਲ ਚਾਰਾ ਕੋਈ ਨਹੀਂ ਹੈਗਾ। ਜੇ ਮੈਂ ਰੇਹਾਂ ਸਪਰੇਹਾਂ ਨਹੀਂ ਪਾਊਂਗਾ ਤਾਂ ਜੇ ਮੈਂ ਠੇਕੇ 'ਤੇ ਜ਼ਮੀਨ ਲੈਂਦਾ, ਮੇਰੀ ਫਸਲ ਓਡੀ ਵਧੀਆ ਨਹੀਂ ਹੋਊਗੀ ਅਤੇ ਮੇਰਾ ਜਿਹੜਾ ਠੇਕਾ ਉਹ ਮੈਂ ਨਹੀਂ ਮੋੜ ਸਕੂੰਗਾ, ਪਹਿਲੀ ਗੱਲ। ਦੂਜੀ ਗੱਲ ਇਹ ਹੈ ਕਿ ਜਿੱਥੇ ਅੱਜ ਖੇਤੀਬਾੜੀ ਸਾਧਨ 'ਚ ਇੱਕ ਧਾਰਨਾ ਬਣੀ ਹੋਈ ਹੈ ਕਿ ਲੋਕਾਂ ਨੂੰ ਲੱਗਦਾ ਕਿ ਪਤਾ ਨਹੀਂ ਜ਼ਿਮੀਂਦਾਰਾਂ ਨੂੰ ਕਿੰਨੇ ਕੁ ਪੈਸੇ ਬਣਦੇ ਆ ਜ਼ਮੀਨਾਂ 'ਚੋਂ, ਇਹ ਗੱਲ ਮੈਂ ਸਪਸ਼ਟੀਕਰਨ ਦੇਣਾ ਚਾਹੁੰਦਾ ਕਿ ਜ਼ਮੀਨ 'ਚੋਂ ਅੱਜ ਦੀ ਡੇਟ 'ਚ ਸਾਡੀ ਤੋਰੀ ਫੁਲਕਾ ਚੱਲਦਾ, ਰੋਟੀ ਪਾਣੀ ਚੱਲਦਾ। ਜੇ ਅਸੀਂ ਕਹਿ ਲਿਮਟਾਂ ਨਵੀਆਂ ਪੁਰਾਣੀਆਂ ਹੋ ਜਾਂਦੀਆਂ ਨੇ, ਆੜ੍ਹਤੀਆਂ ਨਾਲ ਸਿਸਟਮ 'ਚ ਫਸਲ ਆਉਂਦੀ ਹੈ। ਜੇ ਮੈਂ ਗੱਲ ਕਹਾਂ ਕਿ ਲੱਖਾਂ ਰੁਪਈਆ ਸਾਨੂੰ ਖੇਤੀ 'ਚੋਂ ਬਚਦਾ, ਬਿਲਕੁਲ ਝੂਠ ਹੈ। ਫਿਰ ਦੂਜੀ ਮੇਨ ਸਮੱਸਿਆ ਇਹ ਹੈ ਕਿ ਸਾਡੇ ਕੋਲ ਹੋਰ ਕੋਈ ਰੁਜ਼ਗਾਰ ਹੈ ਨਹੀਂ। ਪੰਜਾਬ ਦਾ ਜਿਹੜਾ ਯੂਥ ਹੈ ਅੱਜ ਕਿਉਂ ਵੱਡੇ ਪੱਧਰ 'ਤੇ ਬਾਹਰਲਿਆਂ ਮੁਲਕਾਂ 'ਚ ਜਾ ਰਿਹਾ, ਜਹਾਜ਼ ਭਰ ਭਰ ਕੇ, ਕਿਉਂ ਆਈਲੈਟਸ ਸੈਂਟਰ ਨੇ ਜਿਹੜੇ ਦਿਨੋਂ ਦਿਨ ਪੰਜਾਬ 'ਚ ਕੋਨੇ ਕੋਨੇ 'ਤੇ ਖੁੱਲ੍ਹੇ ਹੈ। ਯੂਥ ਨੂੰ ਕੋਈ ਦਿਸ਼ਾ ਨਹੀਂ ਦਿਖ ਰਹੀ, ਕੋਈ ਰਾਹ ਨਹੀਂ ਦਿਖ ਰਿਹਾ। ਹੁਣ ਜਿਹੜਾ ਮੰਨ ਲਓ ਵੀ ਬੰਦਾ 25-30 ਲੱਖ ਨਹੀਂ ਖਰਚ ਸਕਦਾ, ਬਾਹਰ ਕਨੇਡਾ ਅਮੈਰੀਕਾ ਨਹੀਂ ਜਾ ਸਕਦਾ, ਉਹਦੇ ਕੋਲ ਅਖੀਰ 'ਚ MBA, BEd, BTech ਕਰਕੇ, PhD ਤੱਕ ਕਰਕੇ, ਮੈਂ ਇਹ ਤਰਾਸਦੀ ਹੈ ਇਸ ਗੱਲ ਦੀ ਕਿ ਜਿਹੜੇ ਬੰਦੇ ਨੇ 10-12 ਸਾਲ ਸਟੱਡੀ ਨੂੰ ਦਿੱਤੇ ਨੇ, ਅਖੀਰ 'ਤੇ ਉਹਨੂੰ ਇੱਕ ਜੋਬ ਮਿਲਦੀ ਹੈ 10,000 ਜਾਂ 15,000 ਰੁਪਏ ਦੀ। ਨੋਰਮਲੀ ਗੱਲ ਹੈ, ਚਲੋ ਕੰਮ ਕੋਈ ਛੋਟਾ ਵੱਡਾ ਨਹੀਂ, ਪਰ ਜੇ ਮੈਂ ਕਾਬਲੀਅਤ ਦੀ ਗੱਲ ਕਰਾਂ, ਸ਼ਮਤਾ ਦੀ ਗੱਲ ਕਰਾਂ, ਸਾਡੀ ਸੁਸਾਇਟੀ ਦੇ ਵਿੱਚ ਮੁੰਡੇ ਸਕਿਉਰਿਟੀ ਦਾ ਕੰਮ ਕਰਦੇ ਆ, ਜਿਵੇਂ ਉਹਨਾਂ ਨੂੰ ਪੁੱਛਦੇ ਹਾਂ ਕਿ ਬਾਈ ਤੁਸੀਂ ਕਿੰਨੇ ਪੜ੍ਹੇ ਹੋਏ ਹੋ, ਜ਼ਿਮੀਂਦਾਰਾਂ ਪਰਿਵਾਰਾਂ 'ਚੋਂ ਨੇ, ਕਿਸਾਨਾਂ ਦੇ ਮੁੰਡੇ ਆ, MA ਸਭ ਦੀ ਕੀਤੀ ਆ, ਤਨਖਾਹ ਕਿੰਨੀ ਆ, 12,000। 12,000 ਨਾਲ ਤੁਹਾਡਾ ਪਰਿਵਾਰ ਨਹੀਂ ਚੱਲ ਸਕਦਾ। ਸਵਾਲ ਕੀ ਹੁੰਦਾ ਤਾ, ਬਾਈ ਯਾਰ ਕਿਤੋਂ ਕੋਈ ਸਿਸਟਮ ਲੱਗ ਜਾਈਏ ਜਾਂ ਬਾਹਰ ਜਾ ਵੜੀਏ। ਜਿਹੜਾ ਕਨੇਡਾ ਅਮੈਰੀਕਾ ਵੱਡੀਆਂ ਕੰਟਰੀਆਂ 'ਚ ਨਹੀਂ ਮੂਵ ਕਰ ਸਕਦਾ, ਉਹ ਕਹਿੰਦਾ 12,000 ਨਾਲ ਤਾਂ ਫਿਰ ਮੈਨੂੰ 25,000 ਦੁਬਈ 'ਚ ਬਣਦਾ, ਮੈਂ ਉੱਥੇ ਜਾ ਵੜਾਂ। ਟਫ ਹੈ ਜ਼ਿੰਦਗੀ। ਹੁਣ ਜਿਹੜੇ ਵਿਚਾਰੇ ਨਾ ਦੁਬਈ ਜਾ ਸਕਦੇ ਆ, ਨਾ ਸਕਿਉਰਿਟੀ ਕਰ ਸਕਦੇ ਆ, ਕਿਉਂਕਿ ਪੜ੍ਹਾਈ ਲਿਖਾਈ ਉਸ ਲੈਵਲ 'ਤੇ ਨਹੀਂ, ਜਿਹੜਾ ਪਿਓਰ ਕਿਸਾਨ ਤਬਕਾ ਪਿੰਡਾਂ 'ਚ ਰੂਲਰ ਦੀ ਮੈਂ ਗੱਲ ਕਰਾਂ, ਤਾਂ ਉਹਨਾਂ ਕੋਲ ਕੁੱਲ ਮਿਲਾ ਕੇ ਖੇਤੀ ਹੀ ਰਹਿ ਜਾਂਦੀ ਆ ਅਖੀਰ 'ਤੇ। ਠੇਕੇ 'ਤੇ ਲੈ ਲੈਂਦੇ ਆ, ਮਾੜਾ ਮੋਟਾ ਆੜ੍ਹਤੀ ਦਾ ਹਿਸਾਬ ਕਿਤਾਬ ਹੁੰਦਾ, ਪੈਸੇ ਚੱਕ ਕੇ ਜ਼ਮੀਨ ਠੇਕੇ 'ਤੇ ਲੈ ਲਈ, ਨਵੇਂ ਪੁਰਾਣੇ ਹੋ ਗਏ, ਤੋਰੀ ਫੁਲਕਾ ਜਿਹੜਾ ਚੱਲੀ ਜਾਂਦਾ, ਢੋਲਾਂ 'ਚ ਦਾਣੇ ਆ ਜਾਂਦੇ ਆ ਖਾਣ ਜੋਗੇ, ਸਰਵਾਈਵਲ ਦੀ ਲੜਾਈ ਹੈ ਜੇ ਜ਼ਮੀਨੀ ਪੱਧਰ 'ਤੇ ਗੱਲ ਕਰੀਏ। ਹੁਣ ਇਹ ਸਭ ਚੀਜ਼ਾਂ ਚੱਲਣ ਦੇ ਬਾਵਜੂਦ ਜੇ ਗੌਰਮੈਂਟ ਐਸੇ ਬਿੱਲ ਤਿਆਰ ਕਰੂਗੀ, ਕਿੱਥੇ ਤਾਂ ਜਦੋਂ ਗੌਰਮੈਂਟ ਸੱਤਾ ਦੇ ਵਿੱਚ ਆਉਂਦੀ ਹੈ, ਜਾਣ ਤੋਂ ਪਹਿਲਾਂ ਉਹ ਕਹਿੰਦੀ ਹੈ ਕਿ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਡਬਲ ਕਰ ਦਿੱਤੀ ਜਾਊਗੀ, ਤਾਂ ਕਿਸਾਨ ਜਿਹੜਾ ਖੁਸ਼ਹਾਲ ਹੋ ਜਾਊਗਾ। ਕਿੱਥੇ ਜਦੋਂ ਦੂਜੀ ਵਾਰੀ ਪਿਓਰ BJP ਸੱਤਾ ਦੇ ਵਿੱਚ ਆਉਂਦੀ ਹੈ ਆਪਣੀ ਕਿਸੇ ਬਿਨਾਂ ਅਲਾਇੰਸ ਤੋਂ, ਤਾਂ ਆ ਕੇ ਕੀ ਕਰਦੀ ਹੈ, ਕਾਰਪੋਰੇਟ ਦੇ ਸਿਸਟਮ 'ਤੇ ਲਿਆ ਕੇ ਇਹ ਬਿੱਲ ਰਿਲੀਜ਼ ਕਰਦੀ ਹੈ। ਤਾਂ ਹੁਣ ਸਾਡਾ ਮਸਲਾ ਤੋਰੀ ਫੁਲਕੇ ਦਾ ਵੀ, ਇੱਕ ਤਾਂ ਸਾਡੇ ਕੋਲ ਪੁਖਤਾ ਰੁਜ਼ਗਾਰ ਕੋਈ ਨਹੀਂ, ਸਾਡੇ ਉਹ ਖੇਤ ਹੀ ਸਾਡੇ ਡੰਗਰਾਂ ਦਾ, ਪਸ਼ੂਆਂ ਦਾ, ਸਾਡੇ ਪਰਿਵਾਰ ਦਾ, ਢਿੱਡ ਭਰਨ ਵਾਲੇ ਉਹ ਸਿਰਫ ਖੇਤ ਹੀ ਨੇ, ਕਿਸੇ ਕੋਲ 1 ਕਿੱਲਾ, 2 ਕਿੱਲੇ, 3 ਕਿੱਲੇ ਆ। ਫਿਰ ਦੂਜੀ ਵੱਡੀ ਗੱਲ ਇਹ ਆਉਂਦੀ ਹੈ ਇੱਥੇ
ਜੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਦਾ ਇੱਕ ਦੁਨੀਆ 'ਤੇ ਬਹੁਤ ਵੱਡਾ ਇਤਿਹਾਸ ਰਿਹਾ, ਪੂਰੀ ਦੁਨੀਆ 'ਤੇ ਗੁਰੂਆਂ ਪੀਰਾਂ ਦੀ ਧਰਤੀ ਹੈ, ਯੋਧਿਆਂ ਸੂਰਵੀਰਾਂ ਦੀ ਧਰਤੀ ਹੈ। ਇਹਨਾਂ ਖੇਤਾਂ ਨਾਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆਂ ਕਿ ਮੈਂ ਹੱਥੀਂ ਖੇਤੀ ਕਰਦਾ ਰਿਹਾ, ਪਿੰਡ ਹੁਣ ਵੀ ਕਰਦਾ, ਕੱਖ ਵੱਢ ਕੇ ਲਿਆਉਣੇ, ਬਰਸੀਣਾਂ ਦੀਆਂ ਇੱਕ ਬਾੜ ਆ ਗਈ, ਦੋ ਬਾੜ ਆ ਗਈ, ਜਮੀ ਵੱਢਣੀ, ਚਰੀ ਬਾਜਰਾ, ਇਹ ਰੁੱਤਾਂ ਦੇ ਹਿਸਾਬ ਨਾਲ ਫਸਲਾਂ, ਇੱਕ ਨਾ ਇਮੋਸ਼ਨਲੀ ਤੁਸੀਂ ਅਟੈਚ ਹੋ ਜਾਂਦੇ ਹੋ। ਸਪੋਜ਼ ਕਰੋ ਕਿ ਅੱਜ ਦੇ ਦੌਰ ਦਾ ਪੰਜਾਬ ਦਾ ਉਹ ਮਾਹੌਲ ਆ ਕਿ ਕੱਟ ਲੱਗ ਰਿਹਾ, ਲਾਈਟ ਨਹੀਂ ਆ ਰਹੀ, ਤਾਂ ਪਹਿਲਾਂ ਸਾਡਾ ਇੱਕ ਹੀ ਮਾਹੌਲ ਹੁੰਦਾ ਸੀ ਕਿ ਲਾਈਟ ਨਹੀਂ ਆ ਰਹੀ, ਮੋਟਰ 'ਤੇ ਮੰਜਾ ਲੈ ਜਾਓ ਚੱਕ ਕੇ, ਨਾਲੇ ਤਾਂ ਤੋੜ ਕੇ ਜਾਮਣਾ ਖਾ ਲਓ, ਨਾਲੇ ਉੱਥੇ ਅਮਰੂਦ ਲੱਗੇ, ਅੰਬ ਲੱਗੇ ਆ, ਅਚਾਰ ਜੋਗੀਆਂ ਅੰਬੀਆਂ ਲੈ ਦੀਆਂ ਤੋੜ ਲਓ, ਜਿਹੜੀਆਂ ਪੱਕੀਆਂ ਨੇ ਉਹ ਚੂਪਣ ਜੋਗੀਆਂ ਤੋੜ ਲਓ। ਉਹਨਾਂ ਵੱਟਾਂ 'ਤੇ ਤੁਰ ਕੇ, ਮਤਲਬ ਇੱਕ ਨਿਖੜ ਅੰਗ ਹੈ ਉਹ ਸਾਡੇ ਸਰੀਰ ਦਾ, ਤਾਂ ਉੱਥੇ ਅਸੀਂ ਇਮੋਸ਼ਨਲੀ ਵੀ ਬਹੁਤ ਚੰਗੇ ਤਰੀਕੇ ਨਾਲ ਜੁੜੇ ਹੋਏ ਹਾਂ ਕਿ ਸਾਡੀ ਸਾਡੀ ਇੱਕ ਰੂਹ ਦੀ ਖੁਰਾਕ ਹੈ ਖੇਤੀ ਹੈ ਜਿਹੜੀ। ਅਤੇ ਦੂਜੀ ਮਜਬੂਰੀ 'ਚ ਸਾਨੂੰ, ਕਿਉਂਕਿ ਪੁਖਤਾ ਕੋਈ ਸਾਧਨ ਨਹੀਂ ਹੈਗੇ, ਪੁਖਤਾ ਕੋਈ ਰੁਜ਼ਗਾਰ ਨਹੀਂ ਹੈਗੇ, ਸਾਨੂੰ ਕਰਕੇ ਵੀ ਖਾਣ ਨੂੰ ਕਿਤੇ ਨਾ ਕਿਤੇ, ਚਾਹੇ ਰੇਹਾਂ ਦੇ ਥਰੂ ਚਾਹੇ ਸਪਰੇਹਾਂ ਦੇ ਥਰੂ, ਸਾਡਾ ਢਿੱਡ ਤਾਂ ਖੇਤ ਹੀ ਭਰਦੇ ਆ, ਸਾਡਾ ਨਹੀਂ ਸਾਰੀ ਦੁਨੀਆ ਦਾ ਭਰਦੇ ਆ। ਬੇਸ਼ੱਕ ਅੰਨਦਾਤੇ ਦੀ ਹਾਲਤ ਹੈ ਜਿਹੜੀ ਅੱਜ ਵੱਧ ਤੋਂ ਬਦਤਰ ਹੋ ਰਹੀ ਹੈ, ਪਰ ਦੁਨੀਆ ਜੇ ਅੱਜ ਰੋਟੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਕੋਈ ਵੀ ਬੰਦਾ ਹਰ ਇੱਕ ਵਰਗ ਦਾ, ਅੱਜ ਕਿਸਾਨ ਤਾਂ ਸਾਰੇ ਚਲੋ ਹੈ ਹੀ ਨੇ, ਜ਼ਿਆਦਾਤਰ ਵਰਗ ਵੀ ਸਾਡੇ ਨਾਲ ਨੇ, ਤਾਂ ਮੈਂ ਇੱਕ ਗੱਲ ਦਾਅਵੇ ਨਾਲ ਇਹ ਗੱਲ ਕਹਿਣੀ ਚਾਹੁੰਦਾ, ਤੁਹਾਡੇ ਜਿੰਨੇ ਵੀ ਦਰਸ਼ਕ ਦੇਖ ਰਹੇ ਆ, ਕਿ ਜਦੋਂ ਤੁਸੀਂ ਡਾਇਨਿੰਗ ਟੇਬਲ 'ਤੇ ਬਹਿੰਦੇ ਹੋ, ਚਾਹੇ ਕੋਈ ਕੋਈ ਵੱਡਾ ਅਫਸਰ ਹੈ, ਚਾਹੇ ਕੋਈ ਨੇਤਾ, ਚਾਹੇ ਕੋਈ ਮੰਤਰੀ ਹੈ, ਚਾਹੇ ਕੋਈ ਆਮ ਬੰਦਾ, ਜਦੋਂ ਤੁਸੀਂ ਰੋਟੀ ਦੀ ਬੁਰਕੀ ਤੋੜਦੇ ਹੋ, ਤਾਂ ਤੁਸੀਂ ਉਸ ਬੁਰਕੀ ਦੇ ਪਿੱਛੇ ਉਸ ਕਿਸਾਨ ਦੀ ਸ਼ਿੱਦਤ ਦੇਖੋ ਕਿੰਨੀ ਜ਼ਿਆਦਾ ਹੈ। ਤਾਂ ਮੈਨੂੰ ਲੱਗਦਾ ਕਿ ਸਜਦਾ ਕਰਨਾ ਚਾਹੀਦਾ ਜਿਹੜਾ ਇੰਨੀ ਮਿਹਨਤ ਕਰਕੇ, ਜਿਹਦੇ ਬਦੌਲਤ ਸਾਰਾ ਦੇਸ਼, ਪੂਰਾ ਸੰਸਾਰ ਢਿੱਡ ਭਰਦਾ। ਕਿਉਂ ਉਹਨੂੰ ਅੰਨਦਾਤਾ ਕਿਹਾ ਜਾਂਦਾ, ਰੱਬ ਦਾ ਰੁਤਬਾ ਦਿੱਤਾ ਜਾਂਦਾ? ਕਿਉਂਕਿ ਇਹ ਨਹੀਂ ਕਿ ਉਹ ਕਿਸਾਨ ਅਨਾਜ ਪੈਦਾ ਕਰਦਾ, ਲੋਕਾਂ ਦੇ ਦਿਲ 'ਚ ਸਿੰਪਤੀ ਆ ਉਹਦੀ ਮਿਹਨਤ ਨੂੰ ਲੈ ਕੇ, ਕਿਉਂਕਿ ਬਹੁਤ ਇਹ ਤਾਂ ਹੈ ਨਹੀਂ ਵੀ ਬੀਜ ਸਿੱਟਿਆ ਅਤੇ ਆਪਣਾ ਕਣਕ ਆ ਗਈ, ਆਪਣੀ ਬਹੁਤ ਰੁੱਤਾਂ, ਰੇਹਾਂ ਸਪਰੇਹਾਂ, ਸ਼ਿੱਦਤ, ਪਾਣੀ, ਝੋਨੇ। ਫਿਰ ਦੂਜੀ ਗੱਲ ਇਹ ਹੈ ਕਿ ਕੁਦਰਤ ਦੀ ਕਿੱਡੀ ਕਰੋਪੀ ਹੈ, ਇੱਕ ਜ਼ਿਮੀਂਦਾਰ ਨੇ ਮੰਨ ਲਓ 10 ਕਿੱਲੇ ਠੇਕੇ 'ਤੇ ਲੈ ਕੇ ਝੋਨਾ ਬੀਜ ਲਿਆ, ਉੱਤੋਂ ਜਦੋਂ ਵੱਢਣ ਦੀ ਵਾਰੀ ਆਈ, ਗੜੇ ਮਾਰੀ ਹੋ ਗਈ, ਮੀਂਹ ਪੈ ਗਈ, ਉਹ ਤਾਂ ਕਿਸੇ ਖਾਤੇ 'ਚ ਹੀ ਨਹੀਂ ਨਾ, ਕਿਉਂਕਿ ਗੌਰਮੈਂਟ ਤਾਂ ਕਦੇ ਵੀ ਸਾਡੇ ਨਾਲ ਖੜ੍ਹਦੀ ਨਹੀਂ। ਤਾਂ ਜਦੋਂ ਅਸੀਂ ਉਹਨਾਂ ਪਰਿਵਾਰਾਂ 'ਚੋਂ ਨਿਕਲੇ ਹੋਏ ਹਾਂ, ਤਾਂ ਫਿਰ ਕਲਾਕਾਰੀ ਸਾਈਡ 'ਤੇ ਰਹਿ ਜਾਂਦੀ ਹੈ। ਜਦੋਂ ਦੇਖਿਆ ਕਿ ਸਾਡੇ ਬਜ਼ੁਰਗ ਯਾਰ ਰੇਲਵੇ ਲਾਈਨਾਂ 'ਤੇ ਬੈਠੇ ਆ, ਟੋਲ ਪਲਾਜ਼ਿਆਂ 'ਤੇ ਤਿੱਖੜ ਦੁਪਹਿਰੇ ਧੁੱਪਾਂ 'ਚ ਬੈਠੇ ਆ, ਸਿਆਲ ਨਹੀਂ ਉਹਨਾਂ ਨੇ ਦੇਖਿਆ, ਤਾਂ ਅਸੀਂ ਤਾਂ ਇੱਕ ਨੌਜਵਾਨ ਹੈ, ਸਾਡਾ ਤਾਂ ਇਹ ਫਰਜ਼ ਬਣਦਾ। ਤਾਂ ਉਹ ਚੀਜ਼ਾਂ ਸਾਰੀਆਂ ਜਦੋਂ ਇਕੱਠੀਆਂ ਹੁੰਦੀਆਂ ਨੇ, ਕਾਊਂਟ ਹੁੰਦੀਆਂ ਨੇ, ਤਾਂ ਮੈਨੂੰ ਲੱਗਿਆ ਕਿ ਨਹੀਂ ਯਾਰ, ਅਸੀਂ ਤਾਂ ਖੜਾਂਗੇ। ਲੋਕ ਕੈਰੀਅਰ ਹੈ, ਠੀਕ ਹੈ, ਮੰਨਦਾ ਅੱਜ ਦੀ ਡੇਟ 'ਚ ਕੋਈ ਹੋਰ ਕੰਮ ਨਹੀਂ ਕਰ ਸਕਦਾ, ਜਿਹੜੀ ਪੁਖਤਾ ਕਮਾਈ ਹੈ ਤਾਂ ਉਹ ਇਨਕਮ ਹੈ ਜਿਹੜੀ, ਉਹ ਗੀਤਾਂ 'ਚੋਂ ਹੀ ਆ ਜਾਂ ਫਿਲਮਾਂ 'ਚੋਂ ਹੈ, ਠੀਕ ਹੈ, ਉਹ ਸਾਰਾ ਕੁਛ ਬੰਦ ਪਿਆ ਸੰਘਰਸ਼ ਕਰਕੇ। ਜਿੱਥੇ ਮੈਨੂੰ ਇਹ ਲੱਗਦਾ, ਪਰਸਨਲ ਥਿੰਕਿੰਗ, ਜਿੱਥੇ ਕਿਸੇ ਬੰਦੇ ਦੀ ਜਾਨ ਹੀ ਚਲੀ ਗਈ, 550 ਤੋਂ ਉੱਤੇ ਸ਼ਹਾਦਤਾਂ ਸਾਡੇ ਸੰਘਰਸ਼ 'ਚ ਹੋ ਚੁੱਕੀਆਂ ਨੇ, ਬਾਕੀ ਸਭ ਕੁਛ ਕਵਰ ਹੋ ਜਾਂਦਾ। ਜਦੋਂ ਬੰਦਾ ਹੀ ਇੱਕ ਪਰਿਵਾਰ ਦਾ ਚਲੇ ਗਿਆ, ਤਾਂ ਮੈਨੂੰ ਲੱਗਦਾ ਬੰਦੇ ਦੀ ਘਾਟ ਹੈ ਜਿਹੜੀ ਉਹ ਕਿਤੇ ਵੀ ਪੂਰੀ ਨਹੀਂ ਹੁੰਦੀ। ਜਦੋਂ 550 ਤੋਂ ਉੱਤੇ ਸ਼ਹਾਦਤਾਂ ਸਾਡੇ ਕਿਸਾਨ ਭਰਾ ਦੇ ਚੁੱਕੇ ਆ, ਤਾਂ ਸਾਡੇ ਜੇ 2 ਮਹੀਨੇ ਗਾਣੇ ਰੁਕ ਵੀ ਜਾਣਗੇ ਜਾਂ ਲੇਟ ਵੀ ਹੋ ਜਾਣਗੇ, ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਅਸੀਂ ਅੰਡਰਸਟੈਂਡ ਕਰ ਸਕਦੇ ਹਾਂ। ਤਾਂ ਕਰਕੇ ਸਾਰੀਆਂ ਚੀਜ਼ਾਂ ਦੇਖਣ ਦੇ ਬਾਵਜੂਦ ਫਿਰ ਗੱਲ ਆ ਜਾਂਦੀ ਹੈ ਕਿ ਯੂਥ ਕਹਿੰਦਾ ਕਿ, ਲੋਕ ਕਹਿੰਦੇ ਆ ਕਿ ਬਈ ਆਰਟਿਸਟ ਭਾਈਚਾਰਾ ਜਦੋਂ ਅੱਗੇ ਆਉਂਦਾ, ਕਿਉਂਕਿ ਪਬਲਿਕ ਫਿਗਰਾਂ ਲੋਕ ਬਹੁਤ ਜੁੜੇ ਹੁੰਦੇ ਆ, ਪਿਆਰ ਕਰਦੇ ਆ, ਤਾਂ ਲੋਕਾਂ ਨੂੰ ਲੱਗਦਾ ਯਾਰ ਜੇ ਇਹ ਬੰਦੇ ਕਰ ਸਕਦੇ ਆ ਤਾਂ ਸਾਨੂੰ ਵੀ ਜਾਣਾ ਚਾਹੀਦਾ। ਕਿਤੇ ਨਾ ਕਿਤੇ ਲਾਮਬੰਦੀ ਦਾ ਕੰਮ ਹੈ, ਸਾਡੇ ਥਰੂ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ। ਜਥੇਬੰਦੀਆਂ ਦੇ ਨਾਲ ਅਸੀਂ ਇੱਥੋਂ ਹੀ ਚੰਡੀਗੜ੍ਹ ਤੋਂ ਚੱਲੇ ਸੀ ਕਿ ਅਗਲਾ ਰੋਡ ਮੈਪ ਕੀ ਹੈ, ਅਗਲਾ ਪਲਾਨ ਕੀ ਹੈ, ਉਹਨਾਂ ਨੇ ਸਾਨੂੰ ਦੱਸਿਆ ਕਿ ਦਿੱਲੀ ਜਾਣਾ, ਪਿੰਡਾਂ 'ਚ ਲਾਮਬੰਦੀ ਕਰੋ। ਅਸੀਂ ਲਗਾਤਾਰ ਜਿੰਨੇ ਵੀ ਕਲਾਕਾਰ ਭਾਈ ਸਾਰੇ, ਚਾਹੇ ਮੈਂ ਆਪਦੀ ਗੱਲ ਕਰ ਲਵਾਂ, ਸਭ ਸਮੁੱਚੀ ਇੰਡਸਟਰੀ ਹੈ ਜਿਹੜੀ ਉਹ ਕਿਸਾਨੀ ਸੰਘਰਸ਼ ਦੇ ਵਿੱਚ ਖੁੱਦੀ, ਅਤੇ ਉਹਨੇ ਆਪਦਾ ਬਣਦਾ ਫਰਜ਼ ਨਿਭਾਇਆ ਅਤੇ ਹੁਣ ਤੱਕ ਨਿਭਾ ਰਹੀ ਹੈ। ਅਤੇ ਰਹਿ ਗਈ ਗੱਲ ਜਥੇਬੰਦੀਆਂ ਦੀ, ਜਥੇਬੰਦੀਆਂ ਵਾਲੇ ਸਾਡੇ ਵੱਡੇ ਹੈ, ਉਹਨਾਂ ਨੇ ਖੇਤੀ ਦੀ ਲੜਾਈ ਬਹੁਤ ਲੰਮੇ ਸਮੇਂ ਤੋਂ ਲੜਦੇ ਆਉਂਦੇ ਹੈ, ਅਤੇ ਅਸੀਂ ਉਹਨਾਂ ਦੇ ਨਾਲ। ਪਰ ਜਸ, ਬਹੁਤ ਵਾਰ ਇੱਦਾਂ ਸੁਣਨ ਵਿੱਚ ਆਇਆ ਹੈ ਕਿ ਕਿਸਾਨ ਜਥੇਬੰਦੀਆਂ ਦੀ ਜੋ ਸੋਚ ਹੈ ਹਜੇ ਵੀ ਕਿਤੇ ਨਾ ਕਿਤੇ ਜਿਹੜੇ ਕਲਾਕਾਰ ਉਹਨਾਂ ਨਾਲ ਨਹੀਂ ਰਲਦੀ ਆ। ਨਹੀਂ ਦੇਖੋ, ਜਿੱਥੇ ਜੇ ਮੈਂ ਗੱਲ ਕਰਾਂ ਪੰਜਾਬੀ ਭਾਈਚਾਰੇ ਦੀ, ਤਾਂ ਥੋੜ੍ਹਾ ਜਿਹਾ ਨਾ ਇਹਨਾਂ ਦੇ ਅੜਬ ਖੂਨ 'ਚ ਹੀ ਹੈ, ਮੇਰੇ ਵੀ ਹੋ ਸਕਦਾ, ਤੁਹਾਡੀ ਵੀ ਹੋ ਸਕਦਾ, ਉਹ ਵੀ ਸਾਰੇ, ਧਰਤੀ ਐਸੀ ਹੈ, ਇਹ ਅਣਖ ਦੇ ਨਾਲ ਜੋੜੀ ਗਈ ਹੈ, ਗੱਲ ਥੋੜ੍ਹੀ ਜਿਹੀ ਘੱਟ ਸੁਣ ਕੇ ਰਾਜੀ ਹੈ ਕਿਸੇ ਦੀ। ਜਦੋਂ ਚੀਜ਼ਾਂ ਔਰਗਨਾਈਜ਼ਡ ਨਹੀਂ ਹੁੰਦੀਆਂ, ਪ੍ਰੋਪਰ ਪਲੈਨਡ ਨਹੀਂ ਹੁੰਦੀਆਂ, ਤਾਂ ਥੋੜ੍ਹੀਆਂ ਥੋੜ੍ਹੀਆਂ ਉੱਥੇ
ਕਿੰਤੂ ਪਰੰਤੂ ਟਿੱਪਣੀਆਂ ਆਉਣੀਆਂ ਸੰਭਵ ਹੋ ਜਾਂਦੀਆਂ ਨੇ। ਅਤੇ ਦੂਜੇ ਪਾਸੇ ਜੇ ਐਡੇ ਵੱਡੇ ਸੰਘਰਸ਼ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਇੱਕ ਪਾਠ ਹੁੰਦਾ ਹਰ ਇੱਕ ਚੀਜ਼ ਦਾ। ਉਹਨਾਂ 'ਤੇ ਜੇ ਹੁਣ ਉਹਨਾਂ ਦੀ ਸਥਿਤੀ ਨੂੰ ਦੇਖਿਆ ਜਾਵੇ, ਅਸੀਂ ਆਪਦੀ ਗੱਲ ਕਹਿਤੀ ਪਿੱਛੇ ਹੋ ਗਏ, ਹੁਣ ਜੇ ਮੈਂ ਇੱਕ ਥਾਵੇਂ ਜਾ ਕੇ ਉਹਨਾਂ ਦੇ ਥਾਂ 'ਤੇ ਬਹਿ ਕੇ ਆਪਦੇ ਆਪ ਨੂੰ ਦੇਖਾਂ ਤਾਂ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਉਹ ਸਾਡੇ ਨਾਲੋਂ ਵੱਡੀ ਹੈ। ਸਰਕਾਰ ਦੀਆਂ 11 ਵਾਰੀ ਬੇਸਿੱਟਾ ਮੀਟਿੰਗਾਂ ਪਿੱਛੋਂ ਪੰਜਾਬ ਦਾ ਪ੍ਰੈਸ਼ਰ ਕਿ ਕੋਈ ਹੱਲ ਨਹੀਂ ਹੋ ਰਿਹਾ, ਹਰ ਇੱਕ ਬੰਦਾ ਜਾ ਕੇ ਉਹਨਾਂ ਨੂੰ ਗੱਲ ਕਹਿੰਦਾ, ਉਹ ਅੱਗੇ ਜਾ ਕੇ ਸਰਕਾਰ ਨੂੰ ਕਹਿੰਦੇ ਆ, ਹੁਣ ਸਰਕਾਰ ਗੱਲ ਸੁਣਦੀ ਨਹੀਂ ਤਾਂ ਉਹਨਾਂ ਨੇ ਚੀਜ਼ਾਂ ਮੈਨੇਜ ਕਰਨੀਆਂ ਹੁੰਦੀਆਂ ਨੇ, ਉਹ ਮੈਂ ਸਮਝ ਸਕਦਾ। ਪਰ ਫਿਰ ਵੀ ਮੈਂ ਪਹਿਲੇ ਦਿਨ ਤੋਂ ਇਹ ਇੱਥੇ ਇੱਕ ਗੱਲ ਆਪਦੀ ਰੱਖਦਾ ਹਾਂ ਕਿ ਤੁਸੀਂ ਨੌਜਵਾਨੀ ਦਾ ਇੱਕ ਨਾ ਪੈਟਰਨ ਲਹਿਦਾ ਤਿਆਰ ਕਰ ਦਿਓ, ਇੱਕ ਅਲੱਗ ਇੱਕ ਜਥੇਬੰਦੀ ਦੇ ਤੌਰ 'ਤੇ ਨੌਜਵਾਨ ਜਥੇਬੰਦੀ ਆਪਦੇ ਵਿੱਚ ਸ਼ਾਮਿਲ ਕਰ ਲਓ। ਇੱਕ ਦੋ ਬੰਦੇ ਉਹਦੇ ਮੇਨ ਤੁਸੀਂ ਚੇਅਰਪਰਸਨ ਲਾ ਦਿਓ ਕਿ ਇਹ ਨੌਜਵਾਨੀ ਦੀਆਂ ਦਿੱਕਤਾਂ ਨੇ ਜਿਹੜੀਆਂ ਜਾਂ ਨੌਜਵਾਨੀ ਦੇ ਸਵਾਲ ਨੇ, ਇਹ ਲੋਕ ਹੱਲ ਕਰਨਗੇ। ਉਹ ਚੀਜ਼ ਜੇ ਕਰ ਲੈਂਦੇ ਤਾਂ ਉਹਦੇ 'ਚ ਹਰ ਇੱਕ ਵਰਗ ਕਵਰ ਹੋ ਜਾਣੇ ਸੀ। ਹੁਣ ਵੀ ਚਲੋ ਕਵਰ ਹੀ ਨੇ, ਪਰ ਉਹ ਕਿਤੇ ਨਾ ਕਿਤੇ ਲੋੜ ਹੈ। ਜਿਹੜੇ ਮੇਰੇ ਵਰਗੇ ਲੋਕਾਂ ਦੇ ਸਵਾਲ ਹੈ ਜਾਂ ਕਿਸੇ ਹੋਰ ਲੋਕਾਂ ਦੇ ਸਵਾਲ ਹੈ ਤਾਂ ਉਹ ਇਹਨਾਂ ਦੇ ਲਈ, ਜਥੇਬੰਦੀਆਂ ਦੇ ਲਈ ਢਾਲ ਦਾ ਕੰਮ ਕਰਦੇ। ਨੌਜਵਾਨੀ ਨੂੰ ਹੈਂਡਲ ਨੌਜਵਾਨ ਜਥੇਬੰਦੀ ਹੀ ਕਰ ਲੈਂਦੀ ਤਾਂ ਲੋੜ ਸੀ ਨੌਜਵਾਨ ਜਥੇਬੰਦੀ ਦੀ। ਹੁਣ ਵੀ ਮੈਨੂੰ ਲੱਗਦਾ ਕਿ ਬਣ ਜਾਣੀ ਚਾਹੀਦੀ ਆ, ਤਾਂ ਜੋ ਨੌਜਵਾਨੀ ਹੈ ਜਿਹੜੀ ਪੰਜਾਬ ਦੀ, ਜਿਹਨੂੰ ਅੱਜ ਕੋਈ ਪਲੇਟਫਾਰਮ ਨਹੀਂ ਮਿਲ ਰਿਹਾ ਵੱਡੇ ਪੱਧਰ 'ਤੇ, ਉਹਨੂੰ ਇੱਕ ਤਾਂ ਇਹ ਪਲੇਟਫਾਰਮ ਮਿਲ ਜੂਗਾ। ਸਾਰੇ ਆਪਾਂ ਜੁੜੇ ਤਾਂ ਨਾਲ ਆਪਸ 'ਚ ਹੋਏ ਹਾਂ, ਇੱਕ ਦੂਜੇ ਨਾਲ ਕੜੀਆਂ ਜੁੜੀਆਂ ਹੋਈਆਂ ਨੇ। ਇੱਕ ਨਾ ਨੌਜਵਾਨੀ 'ਚ ਜਦੋਂ ਇਹ ਅਵਸਥਾ ਹੁੰਦੀ ਹੈ ਬੰਦੇ ਦੀ, ਇਹ ਉਮਰ 'ਚ ਥੋੜ੍ਹਾ ਜਿਹਾ ਜੋਸ਼ ਵੱਧ ਹੁੰਦਾ, ਤਾਂ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਕੋਲ ਹੁਣ ਤਜਰਬਾ ਬਹੁਤ ਹੈ ਜ਼ਿੰਦਗੀ ਦਾ, ਉਹਨਾਂ ਨੇ ਲੰਮਾ ਤਜਰਬਾ ਹੰਢਾਇਆ, ਤਾਂ ਜਵਾਨੀ ਨੂੰ ਐਂ ਹੁੰਦਾ ਵੀ ਜਿਹੜਾ ਕੰਮ ਅਸੀਂ ਥੋੜ੍ਹਾ ਜਿਹਾ ਕਾਹਲੀ 'ਚ ਕਰ ਦਈਏ, ਉਹਨਾਂ ਨੂੰ ਉਹਨਾਂ ਨੇ ਸਾਰਾ ਚੀਜ਼ ਦੇਖਣੀ ਹੁੰਦੀ ਵੀ ਇਹਦਾ ਬੈਨੀਫਿਟ ਕੀ ਹੈ ਅਤੇ ਇਹਦਾ ਨੁਕਸਾਨ ਕੀ ਹੈ। ਤਾਂ ਸਾਡੇ ਬੜੇ ਸੁਹਿਰਦ ਨੌਜਵਾਨ ਨੇ, ਜੇ ਅਸੀਂ, ਮੈਂ ਪਹਿਲੇ ਦਿਨ ਤੋਂ ਕਹਿਣਾ ਹੁੰਦਾ ਕਿ ਕਨਵਰ ਬਾਈ ਬੜਾ ਸੁਹਿਰਦ ਹੈ, ਲੱਖਾ ਬਹੁਤ ਸੁਹਿਰਦ ਹੈ, ਇਹਨਾਂ ਦੋਵਾਂ ਦੀ ਡਿਊਟੀ ਲਾ ਦਿੰਦੇ ਤਾਂ ਸਾਰਾ ਕੁਛ ਪਲੈਨਡ ਹੋ ਜਾਣਾ ਸੀ। ਹੁਣ ਵੀ ਲਾ ਦੇਣ, ਕਿਉਂਕਿ ਲੱਖੇ ਦੀ ਵੀ ਪਿਛਲੇ ਦਿਨੋਂ ਜ਼ਮਾਨਤ ਹੈ ਜਿਹੜੀ, ਉਹ ਹੋਈ ਹੈ, ਬੜੀ ਰਾਹਤ ਦੀ ਗੱਲ ਹੈ। ਬਾਕੀ ਵੀ ਸਾਰੇ ਭਰਾਵਾਂ ਦੀਆਂ ਹੋਣੀਆਂ ਚਾਹੀਦੀਆਂ ਨੇ, ਹੋ ਵੀ ਗਈਆਂ ਬਹੁਤੇ ਦੀਆਂ। ਮੈਨੂੰ ਲੱਗਦਾ ਕਿ ਅੱਜ ਵੀ ਕਨਵਰ ਅਤੇ ਲੱਖਾ ਦੋ ਬੰਦੇ ਆ ਕੇ ਬਾਈ ਇਹ ਚੀਜ਼ ਸਾਂਭਣ, ਨੌਜਵਾਨੀ ਨੂੰ ਕਹਿਣ ਕਿ ਅਸੀਂ ਬਿਲਕੁਲ ਜਥੇਬੰਦੀਆਂ ਦੇ ਨਾਲ ਤਾਂ ਆਪਾਂ ਸਾਰੇ ਹੀ ਹਾਂ, ਬਟ ਅਸੀਂ ਮੈਨੇਜ ਕਰਾਂਗੇ। ਤਾਂ ਵੱਡੇ ਪੱਧਰ 'ਚ ਜਿਹੜਾ ਯੂਥ ਹੈ ਉਹ ਹੋਰ ਉਤਸ਼ਾਹ ਨਾਲ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਵਧੂਗਾ। ਜੀ ਜੀ, ਲੱਖੀ ਸਿਧਾਣੀ ਦੀ ਗੱਲ 'ਤੇ ਮੈਂ ਦੁਬਾਰਾ ਆਊਂਗੇ ਆਪਾਂ, ਪਰ ਮੈਂ ਪਹਿਲੇ ਇਹ ਪੁੱਛਣਾ ਚਾਹਾਂਗੀ ਇਸ ਵੇਲੇ ਕਿਸਾਨੀ ਸੰਘਰਸ਼ ਨੂੰ ਕਿੱਥੇ ਖੜਿਆ ਵੇਖਦੇ ਹੋ ਤੁਸੀਂ? ਇਸ ਵੇਲੇ ਕਿਸਾਨੀ ਸੰਘਰਸ਼ ਹੈ ਜਿਹੜਾ ਬਹੁਤ ਮਜ਼ਬੂਤ ਸਥਿਤੀ ਦੇ ਵਿੱਚ ਆ ਚੁੱਕਿਆ। ਇੱਕ ਵਾਰੀ ਜਿਹੜੇ ਪਿਛਲੇ 3-4 ਮਹੀਨੇ ਲੰਘੇ ਹੈ, ਕਿਤੇ ਨਾ ਕਿਤੇ ਲੋਕਾਂ ਦੇ ਮਨਾਂ 'ਚ ਸਵਾਲ ਸੀ ਕਿ ਠੰਡਾ ਹੋ ਗਿਆ, ਹੁਣ ਸ਼ਾਇਦ ਨਹੀਂ ਕੋਈ ਹੱਲ ਹੋਊਗਾ। ਵੱਡੇ ਪੱਧਰ 'ਤੇ ਲੋਕ ਵਾਪਸ ਆਪਣਿਆਂ ਘਰਾਂ ਨੂੰ ਆਏ ਹੈ, ਪਰ ਆਹ ਜਿਹੜੀਆਂ ਦੋ ਕੌਲਾਂ ਦਿੱਤੀਆਂ ਨੇ ਝੰਡੇ ਚੜ੍ਹਾਉਣ ਦੀਆਂ ਅਤੇ ਕਾਰਾਂ 'ਤੇ ਝੰਡੇ ਲਾਉਣ ਦੀਆਂ, ਗਵਰਨਰ ਸਾਹਿਬ ਨੂੰ ਮੰਗ ਪੱਤਰ ਜਿਸ ਦੇ ਦਰਮਿਆਨ ਨੇ ਪਰਚੇ ਜਿਹੜੇ ਸਾਡੇ 'ਤੇ ਪਏ ਹੈ, ਇਹਨਾਂ ਨੇ ਇੱਕ ਵਾਰੀ ਫਿਰ ਤੋਂ ਜਿਹੜਾ ਸੰਘਰਸ਼ ਹੈ ਮੂਹਰਲੀ ਕਤਾਰ 'ਚ ਲਿਆ ਕੇ ਖੜ੍ਹਾ ਕਰ ਦਿੱਤਾ। ਬਹੁਤ ਵੱਡੇ ਪੱਧਰ 'ਤੇ ਨੌਜਵਾਨੀ 'ਚ ਜੋਸ਼ ਹੈ। ਜਿਹੜੇ ਲੋਕਾਂ ਨੂੰ ਇਹ ਲੱਗਦਾ ਸੀ ਸੈਂਟਰ ਦੀ ਸਰਕਾਰ ਨੂੰ ਕਿ ਕਿਸਾਨ ਨੇ ਆਪਣੇ ਆਪ ਥੱਕ ਹਾਰ ਕੇ ਵਾਪਸ ਘਰਾਂ ਨੂੰ ਜਾ ਵੜਨਗੇ, ਉਹਨਾਂ ਦੇ ਲਈ ਇਹ ਅੱਜ ਵੱਡੀ ਇੱਕ ਸਮੱਸਿਆ ਬਣੇ ਹੋਏ ਨੇ। ਕਿਉਂਕਿ ਕਿਸਾਨਾਂ ਨੂੰ ਜਦੋਂ ਤੱਕ, ਦੇਖੋ ਅਸੀਂ ਕੁਛ ਗੌਰਮੈਂਟ ਤੋਂ ਤਾਂ ਮੰਗ ਨਹੀਂ ਰਹੇ, ਅਸੀਂ ਇਹ ਨਹੀਂ ਕਹਿ ਰਹੇ ਕਿ ਸਾਡੀ ਖੇਤੀ 'ਤੇ ਸਾਨੂੰ ਸਬਸਿਡੀਆਂ ਦਿਉ ਜਾਂ ਸਾਨੂੰ ਨਵੇਂ ਟਰੈਕਟਰ ਲਿਆ ਕੇ ਦਿਉ। ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਕਿ ਇੱਕ ਹਾਲ ਅਤੇ ਇੱਕ ਸੂਬਾ ਬਾਹਰਲਿਆਂ ਮੁਲਕਾਂ ਦੀ ਸਪੋਰਟ ਨਾਲ ਚੱਲਦਾ, ਸਾਨੂੰ ਪਤਾ ਕਿ ਪੰਜਾਬ ਕਿਵੇਂ ਸਰਵਾਈਵ ਕਰਦਾ, ਸਾਡੇ ਵੱਡੇ ਪੱਧਰ 'ਤੇ ਭਰਾ ਅਮੈਰੀਕਾ, ਕੈਨੇਡਾ ਜਾਂ ਅਰਬ 'ਚ ਕਿਸੇ ਵੀ ਕੰਟਰੀ 'ਚ, ਵਿਦੇਸ਼ਾਂ 'ਚ ਗਏ ਹੋਏ ਆ, ਉਹ ਪੰਜਾਬ ਨੂੰ ਚਲਾਉਣ ਵਾਲੇ ਅਸਲੀ ਲੋਕ ਉਹ ਹੈ, ਉਹ ਸਾਡੀ ਟਾਈਮ ਟਾਈਮ 'ਤੇ ਬਾਂਹ ਫੜਦੇ ਆ। ਕਿਸਾਨੀ ਸੰਘਰਸ਼ ਦੇ ਵਿੱਚ ਵੀ ਬਹੁਤ ਵੱਡਾ ਰੋਲ ਉਹਨਾਂ ਵੀਰਾਂ ਦਾ, ਭੈਣਾਂ ਦਾ ਰਿਹਾ। ਤਾਂ ਪੰਜਾਬ ਚੱਲੀ ਜਾਂਦਾ, ਬੈਲੈਂਸ ਚੱਲੀ ਜਾਂਦਾ। ਗੌਰਮੈਂਟਾਂ ਤੋਂ ਤਾਂ ਸਾਨੂੰ ਕੋਈ ਆਸ ਹੈ ਨਹੀਂ ਕਿ ਕੁਛ ਪੰਜਾਬ ਦੀ ਖੇਤੀ ਲਈ, ਖੁਸ਼ਹਾਲੀ ਲਈ ਕਰਨਗੀਆਂ। ਉਲਟਾ ਹੁਣ ਜਦੋਂ ਇਹ ਬਿੱਲ ਤਿਆਰ ਕਰ ਦਿੱਤੇ ਗਏ ਕਿ ਜ਼ਮੀਨਾਂ ਕਾਰਪੋਰੇਟ ਦੇ ਹਵਾਲੇ ਕਰਨੀਆਂ ਨੇ, ਫਿਰ ਉਹਦਾ ਜਿਹੜਾ ਵਿਰੋਧ ਹੈ ਉਹ ਜ਼ਰੂਰ ਨਿਕਲ ਕੇ ਆਇਆ, ਪਰ ਉਹਦੇ 'ਚ ਪੰਜਾਬ ਨੇ ਮੋਹਰੀ ਭੂਮਿਕਾ ਨਿਭਾਈ ਹੈ, ਅਗਵਾਈ ਕੀਤੀ ਇਸ ਸੰਘਰਸ਼ ਦੀ। ਸਭ ਤੋਂ ਪਹਿਲੀ ਆਵਾਜ਼ ਬੁਲੰਦ ਪੰਜਾਬ ਨੇ ਕੀਤੀ। ਅੱਜ ਵੀ ਜਿੱਥੇ ਪਿਛਲੇ ਸਮੇਂ 'ਚ ਸਰਕਾਰਾਂ ਕੋਵਿਡ ਦਾ ਹਵਾਲਾ ਦਿੰਦੀਆਂ ਰਹੀਆਂ ਕਿ ਕੋਵਿਡ ਇੱਕ ਵੱਡੀ ਸਮੱਸਿਆ ਦੇਸ਼ ਲਈ ਹੋਈ ਹੈ, ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਕੇ ਅੱਜ ਕੋਵਿਡ ਵੀ ਥੋੜ੍ਹਾ ਕੰਟਰੋਲ 'ਚ ਹੈ ਅਤੇ ਸਾਡਾ ਸੰਘਰਸ਼ ਵੀ। ਸਾਨੂੰ ਬਸ ਇੱਕੋ ਹੀ ਗੱਲ ਸੀ ਕਿ ਸੰਘਰਸ਼ ਨੂੰ ਜਿਉਂਦਾ ਰੱਖਣ ਲਈ ਪ੍ਰੋਗਰਾਮ ਉਲੀਕੇ ਜਾਣੇ ਚਾਹੀਦੇ ਆ ਟਾਈਮ ਟਾਈਮ 'ਤੇ। ਜਿਵੇਂ ਸਾਡਾ ਗੁਆਂਢੀ ਸੂਬਾ ਹਰਿਆਣਾ, ਇੱਥੇ ਸਪੈਸ਼ਲ ਮੈਂ ਜ਼ਿਕਰ ਚੜੂਨੀ ਸਾਹਿਬ ਦਾ ਕਰੂੰਗਾ ਕਿ ਉਹ ਇੱਕ ਜਥੇਬੰਦੀ ਹੈ ਹਰਿਆਣੇ ਦੇ ਵਿੱਚ,
ਬੀਜੇਪੀ ਦੀ ਗੌਰਮੈਂਟ ਹੈ, ਇੰਨਾ ਕੁ ਜ਼ਿਆਦਾ ਕੰਮ ਕਰਦੇ ਆ ਅੱਜ ਦੀ ਡੇਟ 'ਚ ਵੀ, ਜਿਹੜਾ ਇਕੱਠ ਵੱਧਦਾ ਹੈ ਕੁੰਡਲੀ ਬਾਰਡਰ 'ਤੇ ਹਰਿਆਣੇ ਵਾਲੇ ਵੀਰਾਂ ਦਾ। ਚਲੋ ਸਰਹੱਦਾਂ ਹੱਦਾਂ 'ਚ ਕਿਸਾਨੀ ਨਹੀਂ ਰਹੀ ਕਿ ਪਹਿਲਾਂ ਕਿਸਾਨ ਵਾਲੇ ਪੰਜਾਬ ਵਾਲੇ ਵੱਧ ਸੀ, ਕਦੇ ਹਰਿਆਣੇ ਵਾਲੇ ਘੱਟ ਗਏ ਵੱਧ ਗਏ, ਪਰ ਇਹ ਹੈ ਕਿ ਇੱਕ ਉਹਨਾਂ ਦਾ ਉਹਨਾਂ ਕੋਲ ਰੋਡ ਮੈਪ ਹੈ, ਪਲੈਨਡ ਚੀਜ਼ਾਂ ਨੇ ਉਹਨਾਂ ਕੋਲ ਕਿ ਕਿਵੇਂ ਉਹਨਾਂ ਨੇ 10-10, 20-20 ਹਜ਼ਾਰ ਬੰਦਾ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਗੌਰਮੈਂਟ ਦੇ ਖਿਲਾਫ਼, ਸੂਬਾ ਸਰਕਾਰ ਦੇ ਖਿਲਾਫ਼ ਸੰਘਰਸ਼ ਕਰਕੇ ਲੈ ਕੇ ਗਏ ਹੈ। ਉਹੀ ਪੈਟਰਨ ਅਸੀਂ ਪੰਜਾਬ 'ਤੇ ਲਾਗੂ ਕਰਨਾ ਚਾਹੁੰਦੇ ਹਾਂ ਕਿ ਜ਼ਿਲ੍ਹੇ ਵਾਈਜ 10-10 ਹਜ਼ਾਰ, 20-20 ਹਜ਼ਾਰ ਯੂਥ ਨੂੰ ਅਸੀਂ ਦਿੱਲੀ ਦੀਆਂ ਸਰਹੱਦਾਂ ਵੱਲ ਨੂੰ ਲੈ ਕੇ ਜਾਈਏ। ਸਾਡੇ ਤਾਂ 32 ਜਥੇਦਾਰ ਹੈ, ਸਾਡੇ ਕੋਲ ਮੈਨ ਪਾਵਰ ਵੱਧ ਹੈ, ਤਾਂ ਸਾਰੇ ਆਪਦੀ ਜ਼ਿੰਮੇਵਾਰੀ ਸਮਝਦੇ ਹੋਏ ਦੁਬਾਰੇ ਇੱਕ ਵਾਰੀ ਫਿਰ ਗੌਰਮੈਂਟ ਦੀ ਗਰਦਨ 'ਤੇ ਗੋਡਾ ਰੱਖਣ ਵਾਲਾ ਕੰਮ, ਜਿਵੇਂ ਲੱਖਾਂ ਦੀ ਗਿਣਤੀ 'ਚ ਕਿਸਾਨ ਭਾਈਚਾਰਾ ਪਹਿਲਾਂ ਪਹੁੰਚਿਆ ਸੀ, ਉਵੇਂ ਅਸੀਂ ਚੱਲੀਏ। ਅਤੇ ਇਹ ਜਿਹੜੀਆਂ ਦੋ ਕੌਲਾਂ ਪਿਛਲੀਆਂ ਆਈਆਂ ਨੇ, ਇਹਨਾਂ ਨੇ ਬਹੁਤ ਮਜ਼ਬੂਤ ਬਲ ਦਿੱਤਾ ਸਾਨੂੰ, ਅਤੇ ਉਤਸ਼ਾਹ ਦੁਬਾਰੇ ਨੌਜਵਾਨੀ 'ਚ ਪੈਦਾ ਹੋਇਆ ਲੋਕਾਂ ਨੂੰ, ਜਿਨ੍ਹਾਂ ਨੂੰ ਥੋੜ੍ਹੀ ਗਿਣਤੀ 'ਚ ਲੱਗਣ ਲੱਗ ਗਿਆ ਸੀ। ਅਸੀਂ ਟਾਈਮ ਟਾਈਮ 'ਤੇ ਪਿੰਡਾਂ 'ਚ ਜਾ ਕੇ ਲਾਮਬੰਦੀ ਕਰਦੇ ਰਹੇ ਹਾਂ ਕਿ ਜਾਣਾ ਚਾਹੀਦਾ, ਜਿਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਥੋੜ੍ਹਾ ਜਿਹਾ ਠੰਡਾ ਪੈ ਗਿਆ, ਉਹ ਦੁਬਾਰੇ ਫਿਰ ਇੱਕ ਵਾਰੀ ਲਹਿਰ ਦੇ ਨਾਲ ਜੁੜ ਚੁੱਕੇ ਹੈ, ਅਤੇ ਪੂਰੇ ਤਕੜੇ ਹੋ ਕੇ ਅਗਲੀ ਲੜਾਈ ਲੜਨ ਲਈ ਤਿਆਰ ਹੈ ਜੀ। ਜਸ ਲੱਗਦਾ ਹੈ ਕਿ ਸਰਕਾਰ ਜੋ ਇਸ ਵੇਲੇ ਮੂੰਹ ਮੋੜ ਕੇ ਬੈਠੀ ਹੋਈ ਹੈ ਕਿਸਾਨੀ ਸੰਘਰਸ਼ ਤੋਂ, ਜਿਹੜਾ ਬਿਲਕੁਲ ਸਾਰ ਵੀ ਲੈ ਰਹੀ, ਪਹਿਲੇ 11 ਬੇਸਿੱਟਾਂ ਮੀਟਿੰਗਸ ਜਿਹੜੀਆਂ ਹੋਈਆਂ, ਹੁਣ ਤਾਂ ਬਿਲਕੁਲ ਗੱਲਬਾਤ ਵੀ ਨਹੀਂ ਹੋ ਰਹੀ ਹੈ, ਕਿਤੇ ਜ਼ਿਕਰ ਨਹੀਂ ਹੋ ਰਿਹਾ ਹੈ ਕਿਸਾਨਾਂ ਦਾ, ਕਿਤੇ ਜ਼ਿਕਰ ਨਹੀਂ ਕੀਤਾ ਜਾ ਰਿਹਾ ਕਿ ਸਰਹੱਦਾਂ 'ਚ ਇੰਨੇ ਗਰਮੀ ਦੇ ਮੌਸਮ ਦੇ ਵੀ ਬੈਠੇ ਹੋਏ ਹੈ। ਤੁਹਾਨੂੰ ਲੱਗਦਾ ਹੈ ਕਿ ਉਹ ਅੱਗੇ ਜਿਹੜੀ ਹੈ ਗੱਲਬਾਤ ਕਰਨਗੇ, ਮੰਨਣਗੇ, ਅੱਗੇ ਕੋਈ ਮੀਟਿੰਗ ਹੋਏਗੀ, ਕੌਣ ਇਸ ਗੱਲ ਦਾ ਜਿਹੜਾ ਪ੍ਰਸਤਾਵ ਰੱਖੇਗਾ ਕਿ ਮੀਟਿੰਗ ਹੋਣੀ ਚਾਹੀਦੀ ਹੈ, ਕਿਉਂਕਿ ਇੱਥੋਂ ਵੀ ਕਿਹਾ ਜਾਂਦਾ ਕਿ ਕਿਸਾਨ ਭਾਈ ਜਿਹੜੇ ਜਥੇਬੰਦੀ ਆ ਉਹ ਦੇਖ ਰਹੇ ਹਾਂ ਕਿ ਉਹ ਸਾਨੂੰ ਬੁਲਾਉਣ, ਪਰ ਸਰਕਾਰ ਅਜੇ ਤਾਂ ਕੁਝ ਵੀ ਨਹੀਂ ਕਰ ਰਹੀ ਇਸ ਚੀਜ਼ ਨੂੰ ਲੈ ਕੇ। ਦੇਖੋ ਜੇ ਜਥੇਬੰਦੀਆਂ ਸਰਕਾਰ ਦਾ ਇਹ ਸਵਾਲ ਹੈ ਕਿ ਉਹ ਸਾਨੂੰ ਬੁਲਾਉਣ, ਤਾਂ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਚਿੱਠੀ ਉਹਨਾਂ ਨੂੰ ਲਿਖ ਦਿੱਤੀ ਗਈ ਹੈ ਕਿ ਅਸੀਂ ਮੀਟਿੰਗ ਲਈ ਬਿਲਕੁਲ ਤਿਆਰ ਹਾਂ। ਪਰ ਜਿਹੜੇ ਦੁੱਖ ਹੁੰਦਾ ਕਿ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਹੈ ਉਹ ਇੱਕੋ ਹੀ ਬਿਆਨ ਦਿੰਦੇ ਆ ਕਿ ਰਿਪੀਲ ਨਹੀਂ ਹੋ ਸਕਦੇ, ਤੁਸੀਂ ਸੋਧਾਂ ਕਰਾਉਣ ਲਈ ਸਾਡੇ ਕੋਲ ਜਦੋਂ ਮਰਜ਼ੀ ਆਓ। ਉਹ ਇੱਕੋ ਹੀ ਜਵਾਬ ਸੁਣ ਸੁਣ ਕੇ ਮੈਨੂੰ ਲੱਗਦਾ ਸਾਰਾ ਜਿਹੜਾ ਸਮੁੱਚਾ ਭਾਰਤ ਦਾ ਕਿਸਾਨ ਭਾਈਚਾਰਾ, ਚਾਹੇ ਯੂਪੀ ਵਾਲੇ ਆ, ਰਾਜਸਥਾਨ ਵਾਲੇ ਆ, ਉਹ ਅੱਕ ਚੁੱਕੇ ਆ। ਹੁਣ ਉਹ ਵੱਡੇ ਇੱਕ ਐਕਸ਼ਨ ਦੀ ਉਡੀਕ 'ਚ ਹੈ। ਤਾਂ ਜਦੋਂ ਪਿਛਲੀ ਵਾਰੀ ਐਕਸ਼ਨ ਹੋਇਆ, ਗੌਰਮੈਂਟ ਨੇ ਕਿੰਨਾ ਕੁਛ ਸਾਡੇ 'ਤੇ ਚਿੱਕੜ ਉਛਾਲਿਆ, ਕਿੰਨਾ ਕੁਛ ਸਾਨੂੰ ਉਹਦੇ 'ਚੋਂ ਭੋਗਣਾ ਪਿਆ, ਸਾਡਾ ਵੀਰ ਨਵਰੀਤ ਸ਼ਹਾਦਤ ਉਹਦੀ ਪਰਿਵਾਰ ਦੀ ਪਰਿਵਾਰ 'ਤੇ ਕੀ ਬੀਤਦੀ ਹੈ, 22-23 ਸਾਲ ਦੀ ਉਮਰ 'ਚੋਂ ਨੌਜਵਾਨ ਸ਼ਹਾਦਤ ਦੇ ਕੇ ਗਿਆ, ਕਿੰਨੇ ਭਰਾਵਾਂ ਨੂੰ ਜੇਲ੍ਹਾਂ ਹੋਈਆਂ। ਤਾਂ ਹੁਣ ਸਾਡੀ ਮਜਬੂਰੀ ਹੈ, ਅਸੀਂ ਕੋਈ ਓਡਾ ਵੱਡਾ ਨਹੀਂ ਚਾਹੁੰਦੇ ਕਿ ਦੁਬਾਰੇ ਉਸ ਲੈਵਲ 'ਤੇ ਗੱਲਬਾਤ ਜਾਵੇ, ਪਰ ਸਰਕਾਰ ਹੈ ਜਿਹੜੀ ਬਿਲਕੁਲ ਬੋਲੀ ਹੋ ਚੁੱਕੀ ਹੈ, ਜਾਂ ਤਾਂ ਇਹ ਹੈ ਕਿ ਗੌਰਮੈਂਟ ਬਿਲਕੁਲ ਫੇਲ ਹੈ ਸੈਂਟਰ ਦੀ। ਅੱਜ ਕੱਲ੍ਹ ਕਿਸਾਨੀ ਸੰਘਰਸ਼ ਨੇ, ਤੁਸੀਂ ਤੇਲ ਦੀਆਂ ਕੀਮਤਾਂ ਦੇਖੋ, ਹੋਰ ਮਹਿੰਗਾਈ ਦੇਖੋ, ਟਾਈਮ ਟਾਈਮ 'ਤੇ ਹਰ ਇੱਕ ਸੂਬੇ 'ਚ ਕਿਸਾਨੀ ਸੰਘਰਸ਼ ਤੋਂ ਬਿਨਾਂ ਵੀ ਵੱਡੇ ਧਰਨੇ ਸਰਕਾਰ ਦੇ ਖਿਲਾਫ਼ ਲੱਗ ਰਹੇ ਹੈ। ਤਾਂ ਗੌਰਮੈਂਟ ਹੈ ਜਿਹੜੀ ਉਹ ਕਨਫਿਊਜ਼ ਹੋ ਚੁੱਕੀ ਹੈ ਬਹੁਤ ਵੱਡੀ, ਅਤੇ ਉਹਨੂੰ ਇਹ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਕਰਕੇ ਇਹਨਾਂ ਨੂੰ ਮੈਨੇਜ ਕਰੀਏ, ਪਰ ਮੈਨੇਜ ਨਹੀਂ ਹੋ ਰਿਹਾ, ਕਿਉਂਕਿ ਇਹ ਸੰਘਰਸ਼ ਸਾਡਾ ਕਿਸਾਨੀ ਸੰਘਰਸ਼ ਜਿਹੜਾ ਬਹੁਤ ਵੱਡਾ ਸੰਘਰਸ਼ ਬਣ ਚੁੱਕਿਆ। ਤਾਂ ਮੈਨੂੰ ਲੱਗਦਾ ਕਿ ਹੁਣ ਕੋਈ ਨਾ ਕੋਈ ਵੱਡਾ ਐਕਸ਼ਨ ਕਰਨਾ ਪਊਗਾ ਸਾਨੂੰ, ਅਤੇ ਇਹਦੀ ਲੋੜ ਵੀ ਹੈ। ਅਸੀਂ ਦੁਬਾਰੇ ਕੁਛ ਨਾ ਕੁਛ ਉੱਦਾਂ ਦਾ ਉਲੀਕੀਏ ਜਿਹੜਾ ਬਿਲਕੁਲ ਇੱਕ ਬੈਲੈਂਸ 'ਚ ਹੋਵੇ, ਮਾਨ ਮਰਿਆਦਾ ਅਨੁਸਾਰ ਹੋਵੇ, ਪ੍ਰਸ਼ਾਸਨ ਦੀ ਰਹਿਨਮਾਈ ਹੇਠ ਹੋਵੇ, ਸ਼ਾਂਤਮਈ ਤਰੀਕੇ ਨਾਲ ਹੋਵੇ, ਪਰ ਵੱਡਾ ਹੋਵੇ, ਜਿਹਦੇ ਨਾਲ ਹੁਣ ਦੇਖੋ ਮੰਗ ਪੱਤਰ ਵੀ ਅਸੀਂ ਲਿਖਤਾ, ਅਸੀਂ ਗੌਰਮੈਂਟ ਨੇ ਕਿਹਾ ਸੀ ਇੱਕ ਕਾਲ ਦੀ ਦੂਰੀ 'ਤੇ ਬੈਠੇ ਹਾਂ, ਫੋਨ ਵੀ ਬਥੇਰੇ ਕਰਕੇ ਦੇਖ ਲਿਆ, ਸਭ ਕੁਛ ਕਰਕੇ ਦੇਖ ਲਿਆ, ਆਲਰੇਡੀ 7 ਮਹੀਨੇ ਹੋ ਚੁੱਕੇ ਆ, ਕਿੰਨੀਆਂ ਕੁਰਬਾਨੀਆਂ ਨੇ ਇਸ ਅੰਦੋਲਨ ਨੂੰ ਲੈ ਕੇ। ਅਤੇ ਇੱਕ ਵਾਰੀ ਮੈਨੂੰ ਲੱਗਦਾ ਕਿ ਗੌਰਮੈਂਟ ਨੂੰ ਟੇਬਲ 'ਤੇ ਬਹਿ ਕੇ ਇਹਨਾਂ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ, ਇਹਦੇ 'ਚ ਇਹੀ ਸਭ ਦੀ ਭਲਾਈ ਹੈ, ਨਹੀਂ ਤਾਂ ਫਿਰ ਸਾਡੀ ਤਾਂ ਮਜਬੂਰੀ ਹੈ ਕਿ ਸਾਨੂੰ ਇੱਕ ਵੱਡਾ ਐਕਸ਼ਨ ਗੌਰਮੈਂਟ ਦੇ ਖਿਲਾਫ਼ ਦੁਬਾਰੇ ਇੱਕ ਵੱਡੀ ਕਾਲ ਦੇ ਕੇ ਸੰਘਰਸ਼ ਉਲੀਕਣਾ ਪਊਗਾ, ਉਹਦੇ ਲਈ ਫਿਰ ਗੌਰਮੈਂਟ ਨੂੰ ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ। ਲੱਖੇ ਸਿਧਾਨੇ ਦੀ ਤੁਸੀਂ ਜ਼ਿਕਰ ਕੀਤਾ ਜੀ ਤੁਸੀਂ, ਔਰ ਲੱਖੇ ਸਿਧਾਨੇ ਬਾਰੇ ਮੈਂ ਕਿਹਾ ਸੀ ਕਿ ਆਪਾਂ ਉਸ ਗੱਲ 'ਤੇ ਜ਼ਰੂਰ ਆਵਾਂਗੇ, ਤੁਸੀਂ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਉਹਨਾਂ ਨੂੰ ਸਿਆਸਤ ਵਿੱਚ ਜਿਹੜਾ ਆਉਣਾ ਚਾਹੀਦਾ, ਤੁਹਾਨੂੰ ਤੁਸੀਂ ਕੀ ਸੋਚਦੇ ਹੋ, ਤੁਹਾਡੀ ਕੀ ਸੋਚ ਹੈ ਜੇ ਸਿਆਸਤ ਵਿੱਚ ਆਉਣ ਜੋ ਇਸ ਵੇਲੇ ਪਾਰਟੀਜ਼ ਹੈ ਉਹਨਾਂ ਦੇ ਕਿਸ ਪਾਰਟੀ ਦੇ ਵਿੱਚ ਉਹਨਾਂ ਨੂੰ ਜਿਹੜਾ ਜੁੜਨਾ ਚਾਹੀਦਾ, ਅਗਰ ਆਪਣੀ ਕੋਈ ਪਾਰਟੀ ਜਾਂ ਉਹਨਾਂ ਨੂੰ ਬਣਾਉਣੀ ਚਾਹੀਦੀ ਹੈ? ਦੇਖੋ ਪਾਰਟੀਆਂ ਬਣਾਉਣੀਆਂ ਨਹੀਂ ਬਣਾਉਣੀਆਂ ਇਹ ਬਹੁਤ ਵੱਡੇ ਵੱਡੇ ਡਿਸੀਜ਼ਨ ਹੁੰਦੇ ਆ। ਜਿੰਨੀ ਕੁ ਗੱਲ ਮੇਰੀ ਸਮਝ ਹੈ ਜਾਂ ਮੇਰੀ ਸੋਚ ਹੈ, ਜਿੰਨਾ ਕੁ ਮੈਂ ਪੰਜਾਬ ਦੀ ਰਾਜਨੀਤੀ ਨੂੰ ਦੇਖਿਆ ਜਾਂ ਜੱਜਮੈਂਟ ਕੀਤੀ ਹੈ, ਤਾਂ ਇੱਕ ਪਾਰਟੀ ਖੜੀ ਕਰਨੀ ਮੈਨੂੰ ਨਹੀਂ ਲੱਗਦਾ ਕੋਈ, ਜੇ ਅੱਜ ਅਸੀਂ ਸੋਚੀਏ ਕਿ ਪਾਰਟੀ ਬਣਾਈਏ ਅਤੇ ਕੱਲ੍ਹ ਨੂੰ ਅਸੀਂ ਪਾਰਟੀ ਖੜੀ ਕਰਕੇ ਉਹਦੇ 'ਤੇ ਇਲੈਕਸ਼ਨਾਂ ਲੜ ਲਾਂਗੇ। ਬਹੁਤ ਪਾਰਟੀਆਂ ਟਾਈਮ ਟਾਈਮ 'ਤੇ ਪੰਜਾਬ 'ਚ ਲੋਕਾਂ ਨੇ ਕੋਸ਼ਿਸ਼ ਵੀ ਕੀਤੀ, ਪਰ ਵੱਡੀ ਜਿਹੜੀ ਕਾਮਯਾਬੀ ਹੈ ਉਹ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੱਥ ਲੱਗੀ ਹੈ। ਅਤੇ ਦੂਜੀ ਗੱਲ, ਮੈਨੂੰ ਪਰਸਨਲ ਮੇਰੀ ਸੋਚ ਇਹ ਹੈ ਕਿ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ,
ਪਾਰਟੀ ਦੇ ਵਿੱਚ ਤੁਹਾਡੀਆਂ ਨੀਤੀਆਂ ਕੀ ਬਣ ਰਹੀਆਂ ਨੇ, ਤੁਹਾਡੇ ਕੰਮ ਕਰਨ ਵਾਲੇ ਬੰਦੇ ਕੌਣ ਨੇ, ਉਹ ਜੇ ਬੈਲੈਂਸ ਹੋ ਜਾਣ, ਉਹ ਚੰਗੇ ਹੋ ਜਾਣ ਤਾਂ ਪਾਰਟੀ ਬਣਾਉਣ ਦੀ ਲੋੜ ਹੀ ਨਾ ਪਵੇ। ਜਿਹੜੀਆਂ ਰਵਾਇਤੀ ਸਾਡੀਆਂ ਪਾਰਟੀਆਂ ਚੱਲ ਰਹੀਆਂ ਨੇ, ਜੇ ਇਹਨਾਂ ਦੇ ਵਿੱਚ ਲੀਡਰ ਇਮਾਨਦਾਰ ਹੋ ਜਾਣ ਜਾਂ ਅਸੀਂ ਆਪਣੇ ਹਲਕਿਆਂ 'ਚੋਂ ਚੁਣ ਕੇ ਇਹਨਾਂ ਹੀ ਪਾਰਟੀਆਂ ਨੂੰ ਨੁਮਾਇੰਦੇ ਉੱਦਾਂ ਦੇ ਦੇ ਦਈਏ, ਸਾਨੂੰ ਮਤਲਬ ਪਾਰਟੀ ਤੱਕ ਨਹੀਂ ਹੈਗਾ ਜੀ, ਸਾਨੂੰ ਤਾਂ ਮਤਲਬ ਡਿਵੈਲਪਮੈਂਟ ਤੱਕ ਹੈ। ਸਾਨੂੰ ਮਤਲਬ ਇਹ ਹੈ ਕਿ ਜਿਹੜਾ ਨੁਮਾਇੰਦਾ ਅਸੀਂ ਆਪਣੇ ਹਲਕੇ 'ਚੋਂ ਚੁਣ ਕੇ ਦਿੱਤਾ, ਉਹ ਸਾਡੇ ਲਈ ਰੁਜ਼ਗਾਰ ਪੈਦਾ ਕਰੇ, ਸਾਡੇ ਦਿਨੋਂ ਦਿਨ ਥੱਲੇ ਜਾ ਰਿਹਾ ਪਾਣੀ ਉਹਦੀ ਗੱਲ ਕਰੇ, ਕੁਦਰਤ ਦੀ ਗੱਲ ਕਰੇ, ਵਾਤਾਵਰਨ ਦੀ ਗੱਲ ਕਰੇ, ਐਜੂਕੇਸ਼ਨ ਦੀ ਗੱਲ ਕਰੇ, ਹੈਲਥ ਦੀ ਗੱਲ ਕਰੇ, ਉਹ ਕਿਸੇ ਵੀ ਪਾਰਟੀ ਦਾ ਹੋਵੇ ਸਾਡੇ ਲਈ ਮੈਟਰ ਨਹੀਂ ਕਰਦਾ। ਤਾਂ ਬਹੁਤ ਇਹ ਵੀ ਨਹੀਂ ਹੈਗਾ, ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ 'ਚ ਵੀ ਬਹੁਤ ਚੰਗੇ ਲੀਡਰ ਹੈ, ਕੰਮ ਕਰਨ ਵਾਲੇ ਵੀ ਹੈ। ਤਾਂ ਅੱਜ ਦੀ ਡੇਟ 'ਚ ਪਾਰਟੀ ਦੇ ਸਵਾਲ 'ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਪਾਰਟੀ ਕੋਈ ਨਵੀਂ ਡਿਵੈਲਪ ਜ਼ਿਆਦਾ ਕਰ ਦੂਗੀ ਪੰਜਾਬ ਨੂੰ ਜਾਂ ਪੁਰਾਣੀਆਂ ਨੇ ਘੱਟ ਕੀਤਾ। ਪਰ ਇੰਨੀ ਗੱਲ ਜ਼ਰੂਰ ਮੈਂ ਕਹਿਣੀ ਚਾਹੁੰਦਾ, ਤੁਸੀਂ ਬਾਈ ਦੀ ਲੱਖੇ ਦੀ ਗੱਲ ਕੀਤੀ, ਜਿਹੜੀ ਨੌਜਵਾਨੀ ਹੈ, ਜਦੋਂ ਮੈਂ ਪਹਿਲੇ ਦਿਨ ਸੰਘਰਸ਼ ਦੇ ਨਾਲ ਚੱਲਿਆ ਸੀ, ਹੁਣ ਕਈ ਵੀਰਾਂ ਦੀਆਂ ਮੈਂ ਟਿੱਪਣੀਆਂ ਪੜ੍ਹਦਾ ਹੁੰਦਾ ਕਿ ਤੁਸੀਂ ਤਾਂ ਜੀ ਪੋਲੀਟੀਕਲ ਹੋ ਗਏ ਹੁਣ ਟੋਟਲ, ਤਾਂ ਮੈਂ ਇੱਥੇ ਜਵਾਬ ਦੇਣਾ ਚਾਹੁੰਦਾ ਕਿ ਪੋਲੀਟੀਕਲ ਨਹੀਂ ਹੋਏ। ਜਦੋਂ ਸੰਘਰਸ਼ ਸ਼ੁਰੂ ਕੀਤਾ ਸੀ, ਸਾਨੂੰ ਲੱਗਦਾ ਸੀ ਕਿ ਗੱਲ ਖੇਤੀ ਦੀ ਹੈ, ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਹੈ। ਅੱਜ 7 ਮਹੀਨੇ ਬਾਅਦ ਸਨੈਰੀਓ ਹੈ ਜਿਹੜਾ ਉਹ ਟੋਟਲ ਬਦਲ ਚੁੱਕਿਆ। ਅੱਜ ਜਦੋਂ ਪੰਜਾਬ ਦੇ ਪਿੰਡਾਂ 'ਚ ਜਾਈਦਾ ਜਾਂ ਜਾ ਕੇ ਲੋਕਾਂ ਨੂੰ ਮਿਲੀਦਾ, ਜਦੋਂ ਮਾਹੌਲ ਦੇਖੀਦਾ, ਤਾਂ ਬੜਾ ਦੁੱਖ ਲੱਗਦਾ ਕਿ ਯਾਰ ਜਿੱਥੇ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ, ਕਿੰਨੀਆਂ ਰੁੱਤਾਂ ਸੀ, ਕਿੰਨੇ ਮੌਸਮ ਸੀ, ਕਿੰਨੀਆਂ ਫਸਲਾਂ ਸੀ, ਅੱਜ ਇੱਥੇ ਰਹਿ ਹੀ ਕੁਛ ਨਹੀਂ ਗਿਆ। ਤਾਂ ਬਦਲਾਅ ਦੀ ਲੋੜ ਹੈ, ਕਿਉਂਕਿ ਜਿਹੜਾ ਇਹ ਵੀ ਸੰਘਰਸ਼ ਹੈ, ਇਹ ਵੀ ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ, ਜੇ ਉਹਨਾਂ 'ਚ ਲੋਕ ਚੰਗੇ ਹੁੰਦੇ, ਤਾਂ ਇਹ ਕੰਮ ਸਰਕਾਰਾਂ ਦਾ, ਸੂਬੇ ਦੀ ਸਰਕਾਰ ਦਾ ਕੰਮ ਹੈ ਕਿ ਉਹ ਸੈਂਟਰ ਦੇ ਨਾਲ ਗੱਲਬਾਤ ਕਰੇ ਕਿ ਤੁਸੀਂ ਇਹ ਬਿੱਲ, ਜਦੋਂ ਸਬਜੈਕਟ ਹੀ ਖੇਤੀਬਾੜੀ ਪੰਜਾਬ ਦਾ, ਤਾਂ ਸਰਕਾਰ ਨੂੰ ਲੜਾਈ ਲੜਨੀ ਚਾਹੀਦੀ ਹੈ, ਬਟ ਉਲਟਾ ਲੋਕ ਲੜ ਰਹੇ ਆ, ਸਰਕਾਰ ਫੇਲ ਹੋ ਗਈ ਤਾਂ ਲੜ ਰਹੇ ਆ। ਜੇ ਨੌਜਵਾਨੀ ਸਿਆਸਤ ਦੇ ਵਿੱਚ ਆਊਗੀ, ਜਦੋਂ ਲੱਗਿਆ ਕਿ ਯਾਰ ਲੋੜ ਹੈ, ਠੀਕ ਆ, ਪਹਿਲਾਂ ਮੈਨੂੰ ਲੱਗਦਾ ਸੀ ਕਿ ਨਹੀਂ ਯਾਰ ਸਿਆਸਤਦਾਨ ਨੇ ਜਿਹੜੇ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਕਰਨਾ ਚਾਹੀਦਾ, ਪਰ ਅੱਜ ਜਦੋਂ ਵੱਡੇ ਪੱਧਰ 'ਤੇ ਜਾ ਕੇ ਪਿੰਡਾਂ, ਪੰਜਾਬ ਦੀਆਂ ਪਿੰਡਾਂ 'ਚ ਜਾ ਕੇ ਦੇਖੀਦਾ, ਇੱਕ ਬਦਲਾਅ ਦੀ ਲੋੜ ਹੈ, ਅਤੇ ਉਹ ਬਦਲਾਅ ਨੌਜਵਾਨੀ ਹੀ ਮੈਨੂੰ ਲੱਗਦਾ ਕਰ ਸਕਦੀ ਆ, ਚੰਗੇ ਆਗੂ ਕਰ ਸਕਦੇ ਆ। ਇਹ ਨਹੀਂ ਕਿ ਨੌਜਵਾਨੀ ਇਕੱਲੀ ਕਰ ਸਕਦੀ ਆ, ਸਿਆਣੇ ਬੰਦਿਆਂ ਦਾ ਹੋਣਾ ਵੀ ਵਿੱਚ ਬਹੁਤ ਜ਼ਰੂਰੀ ਹੈ, ਜਿਹਨਾਂ ਕੋਲ ਉਮਰ ਦਾ ਤਜਰਬਾ ਹੈ, ਪਰ ਨੌਜਵਾਨੀ ਨੂੰ ਅੱਗੇ ਆਉਣਾ ਚਾਹੀਦਾ। ਜੇ ਮੈਂ ਪੰਜਾਬ ਦੀ ਸਿਆਸਤ ਦੇਖਾਂ, ਤਾਂ ਨੌਜਵਾਨੀ ਦੀ ਜਿਹੜੀ ਗਿਣਤੀ ਹੈ ਜਾਂ ਪ੍ਰਸੈਂਟੇਜ ਹੈ, ਤੁਸੀਂ ਕਿਸੇ ਵੀ ਪਾਰਟੀਆਂ 'ਚ ਦੇਖ ਲਓ, ਬਹੁਤ ਘੱਟ ਹੈ। ਸੋ ਵੱਡੇ ਪੱਧਰ 'ਤੇ ਚਾਹੇ ਲੱਖਾ ਬਾਈ ਹੈ, ਉਹਨੂੰ ਆਪਣੇ ਹਲਕੇ ਦੀਆਂ ਮੰਗਾਂ, ਪੰਜਾਬ ਨੂੰ, ਪੰਜਾਬ ਦੇ ਲਈ ਲੜਾਈ ਲੜਨਾ ਇੱਕ ਲੰਬਾ ਸਮਾਂ ਲੱਗਦਾ, ਪਰ ਤੁਸੀਂ ਇੱਕ ਹਲਕੇ ਤੋਂ ਸ਼ੁਰੂ ਕਰ ਸਕਦੇ ਹੋ। ਜੇ ਤੁਸੀਂ ਆਪਦਾ ਹਲਕਾ ਬਿਲਕੁਲ ਡਿਵੈਲਪ ਕਰ ਦੋਗੇ, ਆਪਣੇ ਹਲਕੇ ਦੀ ਅੱਗੇ ਜਾ ਕੇ ਗੱਲ ਰੱਖੋਗੇ, ਤਾਂ ਤੁਹਾਡੇ ਜਿਹੜੇ ਨਾਲ ਵਾਲੇ ਹਲਕੇ ਵਾਲਾ ਬੰਦਾ, ਉਹ ਵੀ ਤੁਹਾਡੀ ਦੇਖੋ ਦੇਖ ਰੀਸ 'ਚ ਕੰਮ ਕਰਨਾ ਸ਼ੁਰੂ ਕਰ ਦੂਗਾ। ਸੋ ਨੌਜਵਾਨੀ ਨੂੰ ਅੱਗੇ ਆਉਣਾ ਚਾਹੀਦਾ। ਲੱਖਾ ਸਿਧਾਣਾ ਬਾਈ ਕਿਸਾਨੀ ਸੰਘਰਸ਼ ਤੋਂ ਪਹਿਲਾਂ ਵੀ ਪੰਜਾਬ ਦੀਆਂ, ਪੰਜਾਬ ਦੇ ਵੱਖ ਵੱਖ ਮੁੱਦੇ, ਚਾਹੇ ਬੋਲੀ ਦਾ ਮੁੱਦਾ ਹੋਵੇ, ਚਾਹੇ ਹੋਰ ਬੜੇ ਮੁੱਦੇ ਆ, ਉਹ ਚੱਕਦਾ ਰਿਹਾ। ਅੱਜ ਲੋੜ ਹੈ ਨੌਜਵਾਨੀ ਦੀ, ਮੈਂ ਇਹ ਗੱਲ ਮੰਨਦਾ, ਕਿਉਂਕਿ ਜਿਹੜੀ ਪ੍ਰੋਬਲਮ ਹੈ ਉਹ ਟੋਟਲ ਹੈ ਹੀ ਸਿਸਟਮ ਦੇ ਵਿੱਚ ਹੈ, ਠੀਕ ਹੈ। ਤੁਸੀਂ ਜਦ ਤੱਕ ਸਿਸਟਮ ਦੇ ਵਿੱਚ ਨਹੀਂ ਵੜੋਗੇ, ਉਦੋਂ ਤੱਕ ਪ੍ਰੋਬਲਮ ਸੋਲਵ ਨਹੀਂ ਹੋਊਗੀ। ਸੋ ਤੁਹਾਨੂੰ ਸਿਸਟਮ ਦੇ ਵਿੱਚ ਵੜਨਾ ਚਾਹੀਦਾ, ਨੌਜਵਾਨੀ ਨੂੰ ਵੱਧ ਤੋਂ ਵੱਧ ਅੱਗੇ ਆ ਕੇ ਇਲੈਕਸ਼ਨ ਲੜਨੀ ਚਾਹੀਦੀ ਹੈ। ਆਪਣੇ ਹੁਣ ਕਿਸਾਨੀ ਸੰਘਰਸ਼ ਹੋਇਆ, ਸਪੋਜ਼ ਕਰੋ ਕਿੰਨੇ ਹਲਕਿਆਂ 'ਚੋਂ ਨੌਜਵਾਨ ਬੁਲਾਰੇ ਚੰਗੇ ਨਿਕਲ ਕੇ ਆਏ ਆ, ਡਾਕਟਰ ਵੀ ਬੋਲੇ ਆ, ਇੰਜੀਨੀਅਰ ਵੀ ਬੋਲੇ ਆ, ਵਕੀਲ ਵੀ ਬੋਲੇ ਆ, ਤਾਂ ਸਾਨੂੰ ਹਲਕੇ ਵਾਈਜ਼ ਲੋਕਾਂ ਦੀ ਜ਼ਿੰਮੇਵਾਰੀ ਆ, ਚੁਣਨੇ ਚਾਹੀਦੇ ਆ ਬੰਦੇ, ਆਪਦੇ ਚੁਣਨੇ ਚਾਹੀਦੇ ਆ ਕਿ ਆਹ ਬੰਦਾ ਯਾਰ ਸਾਡੀ ਗੱਲ ਵਧੀਆ ਰੱਖ ਸਕਦਾ, ਐਜੂਕੇਟਡ ਬੰਦਾ, ਪੜ੍ਹਿਆ ਲਿਖਿਆ ਬੰਦਾ, ਅਸੀਂ ਇਹਨੂੰ ਇਕੱਠੇ ਹੋ ਕੇ ਅੱਗੇ ਲਾਈਏ ਅਤੇ ਸਾਡੇ ਹਲਕੇ ਦੀ ਗੱਲ ਕਰੇ। ਤਾਂ ਅੱਜ ਲੋੜ ਹੈ, ਤਾਂ ਕਰਕੇ ਮੈਨੂੰ ਲੱਗਦਾ ਕਿ ਚਾਹੇ ਲੱਖਾ, ਚਾਹੇ ਹੋਰ ਵੀ ਬਹੁਤ ਵੀਰ ਹੈ ਸਾਡੇ ਜਿਹੜੇ ਸੰਘਰਸ਼ ਦੇ ਵਿੱਚ, ਜਿਨ੍ਹਾਂ ਨੇ ਮੂਹਰੇ ਹੋ ਕੇ ਜ਼ਿੰਮੇਵਾਰੀ ਨਿਭਾਈ ਹੈ, ਸੰਘਰਸ਼ ਦੇ ਵਿੱਚ ਨਾ ਵੀ ਗਏ, ਟਾਈਮ ਟਾਈਮ 'ਤੇ ਆਪਣੇ ਹਲਕੇ ਦੀ ਗੱਲ ਕਰਦੇ ਆ, ਸਿਆਸਤ ਦੇ ਵਿੱਚ ਆਉਣਾ ਚਾਹੀਦਾ ਜੀ। ਤੁਸੀਂ ਪਹਿਲੇ ਸਿਆਸਤ, ਪੰਜਾਬ ਦੀ ਸਿਆਸਤ 'ਤੇ ਵੀ ਗੱਲ ਕੀਤੀ ਕਿ ਕੀ ਇਸ ਵੇਲੇ ਹਾਲਾਤ ਹੈਗੇ, ਕੌਣ ਕੀ ਪਾਰਟੀਜ਼ ਮਾੜੀਆਂ ਨਹੀਂ ਹੁੰਦੀਆਂ, ਹੈ ਨਾ, ਉਹਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਉਹਨਾਂ 'ਤੇ ਡਿਪੈਂਡ ਹੁੰਦਾ ਕਿਸ ਤਰ੍ਹਾਂ ਦਾ ਕੰਮ ਕਰਦੇ ਆ। ਜਦੋਂ ਤੁਸੀਂ ਖਾਸ ਕਰ ਜਿਹੜੇ ਕਲਾਕਾਰ ਨੇ, ਜਦੋਂ ਇਸ ਸੰਘਰਸ਼ ਨਾਲ ਜੁੜੇ ਹੈ, ਬਹੁਤ ਸਾਰੇ ਲੋਕਾਂ ਨੇ ਇਹ ਵੀ ਸਵਾਲ ਚੱਕੇ ਹੈ ਕਿ ਸ਼ਾਇਦ ਇਹਨਾਂ ਨੇ ਸਿਆਸਤ ਵਿੱਚ ਐਂਟਰੀ ਪਾਉਣੀ ਹੈ, ਸ਼ਾਇਦ ਪੋਲੀਟੀਕਲ ਆਪਣਾ ਕਰੀਅਰ ਸ਼ੁਰੂ ਕਰਨਾ ਹੈ, ਤਾਂ ਇਹ ਇਸ ਸੰਘਰਸ਼ ਨੂੰ ਜਿਹੜਾ ਇੱਕ ਢਾਲ ਬਣਾ ਰਹੇ ਨੇ। ਜੱਸ ਬਾਜਵਾ ਇਸ ਗੱਲ ਬਾਰੇ ਕੀ ਕਹਿਣਾ ਚਾਹਣਗੇ, ਔਰ ਕੀ ਤੁਸੀਂ ਰੁਝਾਨ ਰੱਖਦੇ ਹੋ ਸਿਆਸਤ ਵਿੱਚ ਆਉਣ ਦਾ? ਦੇਖੋ, ਜੇ ਤਾਂ ਗੱਲ ਕਰੀਏ ਕਿ ਕਲਾਕਾਰਾਂ ਨੂੰ ਇੱਕ ਵੇ ਚਾਹੀਦਾ ਸੀ ਸਿਆਸਤ ਦੇ ਵਿੱਚ ਆਉਣ ਦਾ, ਇਹ ਸੰਘਰਸ਼ ਉਹ
ਇੱਕ ਵੇ ਮਿਲ ਗਿਆ ਉਹਨਾਂ ਨੂੰ, ਤਾਂ ਮੈਂ ਇੱਥੇ ਇਹ ਗੱਲ ਸਮਝਾਉਣੀ ਚਾਹੁੰਦਾ ਲੋਕਾਂ ਨੂੰ ਕਿ ਪਹਿਲੀ ਤਾਂ ਗੱਲ, ਜਿਹੜਾ ਕਲਾਕਾਰ ਹੈ ਉਹਦੇ ਹਰ ਇੱਕ ਪਾਰਟੀ 'ਚ ਸਿਸਟਮ 'ਚ ਲਿੰਕ ਹੁੰਦੇ ਆ, ਕਿਉਂਕਿ ਉਹ ਇੱਕ ਪਬਲਿਕ ਫਿਗਰ ਹੈ, ਲੋਕ ਉਹਨੂੰ ਪਿਆਰ ਕਰਦੇ ਆ, ਹਰ ਇੱਕ ਪਾਰਟੀ ਦੇ ਨਾਲ ਉਹਦੇ ਵਧੀਆ ਹੀ ਸੰਬੰਧ ਹੁੰਦੇ ਆ, ਅਤੇ ਕਲਾਕਾਰ ਇੱਕ ਫੇਸ ਇਹੋ ਜਿਹਾ ਹੁੰਦਾ। ਅੱਜ ਕੱਲ੍ਹ ਜੇ ਗੱਲ ਕਰੀਏ ਚਿਹਰੇ ਦੀ ਰਾਜਨੀਤੀ ਪੰਜਾਬ 'ਚ ਵੱਡੀ ਹੈ ਕਿਰਦਾਰ ਦੀ ਰਾਜਨੀਤੀ ਨਾਲੋਂ, ਹੋਣਾ ਤਾਂ ਨਹੀਂ ਚਾਹੀਦਾ ਪਰ ਇਹ ਸੱਚ ਹੈ ਪੰਜਾਬ ਦਾ। ਕਲਾਕਾਰ ਕੋਲ ਆਲਰੇਡੀ ਇੱਕ ਫੇਸ ਹੁੰਦਾ ਤਾਂ ਉਹ ਕਿਸੇ ਵੇਲੇ ਵੀ ਕਿਸੇ ਵੀ ਪਾਰਟੀ ਨੂੰ ਜਾ ਕੇ ਜੁਆਇਨ ਕਰ ਸਕਦਾ, ਪਾਰਟੀ ਉਹਨੂੰ ਕਦੇ ਵੀ ਮਨ੍ਹਾ ਨਹੀਂ ਕਰੂਗੀ। ਅਤੇ ਪਿੱਛੇ ਜੇ ਬਹੁਤ ਆਰਟਿਸਟਾਂ ਨੇ ਜੁਆਇਨਿੰਗ ਕੀਤੀ ਵੀ ਹੈ, ਜੇ ਮੈਂ ਕਲਾਕਾਰਾਂ ਦੀ ਗੱਲ ਕਰ ਲਾਂ ਤਾਂ ਉਦੋਂ ਤਾਂ ਕੋਈ ਸੰਘਰਸ਼ ਨਹੀਂ ਉੱਠੇ। ਕਲਾਕਾਰ ਲਈ ਤਾਂ ਬਿਲਕੁਲ ਈਜ਼ੀ ਅਪਰੋਚ ਹੈ, ਪਾਰਟੀ ਹੱਸ ਕੇ ਲੈਂਦੀ ਹੈ ਕਿ ਹਾਂਜੀ ਤੁਸੀਂ ਆਓ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ। ਦੂਜੀ ਗੱਲ, ਇਹ ਸੰਘਰਸ਼ ਵੇ ਬਣਿਆ ਤਾਂ ਇਹ ਇੱਥੇ ਮੈਂ ਚਾਹੁੰਦਾ ਕਿ ਜਿਹੜੇ ਵੀਰ ਭਰਾ ਇੱਦਾਂ ਦੀ ਸੋਚ ਰੱਖਦੇ ਆ ਉਹ ਜ਼ਰੂਰ ਆ ਇਹ ਸਮਝ ਲੈਣ ਕਿ ਕਲਾਕਾਰ ਤਾਂ ਹਮੇਸ਼ਾ ਪਾਰਟੀਆਂ ਤੋਂ ਤਕਰੀਬਨ ਉੱਤੇ ਹੀ ਹੁੰਦਾ, ਕਿਉਂਕਿ ਉਹਨਾਂ ਦੇ ਸਾਰੀਆਂ ਪਾਰਟੀਆਂ 'ਚ ਸੰਬੰਧ ਹੁੰਦੇ ਆ, ਜਦੋਂ ਮਰਜ਼ੀ ਆ ਸਕਦਾ। ਇਸ ਸੰਘਰਸ਼ ਦੇ ਵਿੱਚ ਜਿੰਨੇ ਵੀ ਕਲਾਕਾਰ ਭਾਈਚਾਰਾ ਆਏ ਹੈ ਉਹ ਸਿਰਫ ਇੱਕ ਭਾਵਨਾ ਲੈ ਕੇ, ਇੱਕ ਜਜ਼ਬਾਤ ਲੈ ਕੇ ਨਹੀਂ ਯਾਰ, ਸਾਡਾ ਜੱਦੀ ਪੁਸ਼ਤੀ ਕਿੱਤਾ ਖੇਤੀਬਾੜੀ, ਧੱਕਾ ਕਰ ਰਹੀ ਹੈ ਗੌਰਮੈਂਟ, ਸੇਵਾ ਭਾਵਨਾ ਨਾਲ ਆਏ ਆ, ਕੋਈ ਸਿਆਸਤ ਦੀ ਭਾਵਨਾ ਨਾਲ ਨਹੀਂ ਆਏ। ਜਦੋਂ ਸਮਾਂ ਆਊਗਾ ਜਵਾਬ ਮਿਲ ਜੂਗਾ। ਰਹਿ ਗਈ ਗੱਲ ਮੇਰੀ, ਹੁਣ ਥੋੜ੍ਹਾ ਜਿਹਾ ਮੈਂ ਮੰਨਦਾ ਕਿ ਸਾਰਿਆਂ ਨੇ ਮਿਹਨਤ ਬਹੁਤ ਕੀਤੀ ਹੈ, ਪਰ ਮੈਂ ਥੋੜ੍ਹਾ ਜਿਹਾ ਪਿੰਡਾਂ 'ਚ ਜ਼ਿਆਦਾ ਵੜਿਆ, ਮੈਂ ਰਿਐਲਿਟੀ ਨੂੰ ਨੇੜਿਓਂ ਜਾ ਕੇ ਦੇਖਿਆ। ਮੈਨੂੰ ਲੱਗਦਾ ਕਿ ਨੌਜਵਾਨੀ ਨੂੰ ਵਾਰ-ਵਾਰ ਮੈਂ ਕਹਿੰਦਾ ਕਿ ਆਉਣਾ ਚਾਹੀਦਾ। ਜਦੋਂ ਇੰਨਾ ਕੁਛ ਤੁਸੀਂ ਦੇਖ ਲੈਂਦੇ ਹੋ ਸਿਸਟਮ ਪੰਜਾਬ ਦਾ, ਅੱਜ ਕਿੰਨੇ ਮੁੱਦੇ ਆ ਕਿਸਾਨੀ ਸੰਘਰਸ਼ ਨੂੰ ਵੀ, ਜੇ ਆਪਾਂ ਪਾਸੇ ਕਰ ਦਈਏ, ਜ਼ਿਮੀਂਦਾਰਾਂ ਦੇ ਹੋਰ ਵੀ ਬੜੇ ਮੁੱਦੇ ਆ ਨਾ, ਕਿੰਨਾ ਡੀਜ਼ਲ ਮਹਿੰਗਾ ਹੋ ਗਿਆ, ਪੈਟਰੋਲ ਦੀਆਂ ਕੀਮਤਾਂ ਕਿੰਨੀਆਂ ਮਹਿੰਗੀਆਂ ਨੇ, ਖਾਣ ਵਾਲਾ ਸਰ੍ਹੋਂ ਦਾ ਤੇਲ ਪੁਖਤਾ ਸਾਨੂੰ ਮੁੱਲ ਨਹੀਂ ਮਿਲਦੇ ਸਾਡੀਆਂ ਫਸਲਾਂ ਦੇ, ਦੁੱਧ ਦੇ ਰੇਟ, ਇੱਕ ਸਰਵਾਈਵਲ ਦੀ ਲੜਾਈ ਹੈ, ਤਾਂ ਕਿਤੇ ਨਾ ਕਿਤੇ ਆਵਾਜ਼ ਤਾਂ ਚੱਕਣੀ ਪਊਗੀ ਨਾ। ਜੇ ਅਸੀਂ ਅੱਜ ਕਿਸਾਨੀ ਸੰਘਰਸ਼ ਦੇ ਲਈ ਆਵਾਜ਼ ਚੱਕ ਸਕਦੇ ਹਾਂ ਤਾਂ ਅਸੀਂ ਬਾਕੀ ਚੀਜ਼ਾਂ ਲਈ, ਗੱਲ ਇਹ ਵੀ ਨਹੀਂ ਹੈਗਾ ਕਿ ਰਾਜਨੀਤੀ ਦੇ ਵਿੱਚ ਆਉਣ ਕਰਕੇ, ਮੈਂ ਆਪਦੀ ਪਰਸਨਲ ਗੱਲ ਕਰਾਂ, ਨੌਜਵਾਨੀ ਨੂੰ ਆਉਣਾ ਚਾਹੀਦਾ। ਹੋ ਸਕਦਾ ਮੈਂ ਆਉਣ ਵਾਲੇ ਸਮੇਂ 'ਚ ਨਾ ਹੀ ਆਉਣਾ ਹੋਵੇ ਰਾਜਨੀਤੀ 'ਤੇ, ਮੈਂ ਕੁਛ ਉੱਦਾਂ ਦੀ ਇੱਕ ਜਥੇਬੰਦੀ ਪਲੈਨਡ ਕਰ ਲਵਾਂ ਜਿਹੜੀ ਟਾਈਮ ਟਾਈਮ 'ਤੇ MLA MPs ਨੂੰ ਸਵਾਲ ਕਰ ਸਕੇ ਕਿ ਭਾਈ ਤੁਸੀਂ ਸਾਡੇ ਹਲਕੇ 'ਚ ਜਦੋਂ ਤੁਹਾਡੀ ਸਰਕਾਰ ਬਣੀ ਹੈ ਤੁਸੀਂ ਇਹ ਮੰਗਾਂ ਸਾਨੂੰ ਵਾਅਦੇ ਕੀਤੇ ਸੀ ਕਿ ਅਸੀਂ ਪੂਰੇ ਕਰਾਂਗੇ, ਇਹ ਹੁਣ ਤੁਸੀਂ ਨਹੀਂ ਕੀਤੇ, ਜੇ ਨਹੀਂ ਕੀਤੇ ਤਾਂ ਅਸੀਂ ਤੁਹਾਡੇ ਘਰ ਮੂਹਰੇ ਧਰਨਾ ਲਾਵਾਂਗੇ। ਉੱਦਾਂ ਦੀਆਂ ਰਾਜਨੀਤੀ ਵੀ ਬਹੁਤ ਜ਼ਰੂਰੀ ਹੈ, ਜਿਹੜੇ ਸੁਹਿਰਦ ਲੋਕ ਨੇ ਉਹਨਾਂ ਨੂੰ ਆਉਣਾ ਚਾਹੀਦਾ, ਪਰ ਨਾਲ ਦੀ ਨਾਲ ਇੱਕ ਜਥੇਬੰਦੀ ਵੀ ਸੰਗਠਨ ਹੋਣੀ, ਇੱਕ ਬਣਨੀ ਬਹੁਤ ਜ਼ਰੂਰੀ ਹੈ, ਜਿਹੜੀ MLA MPs ਨੇ ਉਹਨਾਂ 'ਤੇ ਨਿਗਾਹ ਰੱਖ ਸਕੇ। ਸੋ ਪੈਟਰਨ ਬਹੁਤ ਨੇ ਸੇਵਾ ਕਰਨ ਦੇ, ਤਰੀਕੇ ਬਹੁਤ ਨੇ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਯੂਥ ਅਸੀਂ ਸੰਘਰਸ਼ ਜਿੱਤ ਕੇ ਕਿੱਧਰਲੇ ਪਾਸੇ ਨੂੰ ਜਾਂਦਾ, ਕਿਉਂਕਿ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ। ਵੱਡੇ ਪੱਧਰ 'ਤੇ ਸਾਡੇ ਜਿਹੜੇ ਭਾਈਚਾਰਾ ਆਪਣੇ ਘਰ ਪਰਿਵਾਰ ਮਾਂ ਪਿਓ ਛੱਡ ਕੇ ਬਾਹਰਲਿਆਂ ਮੁਲਕਾਂ 'ਚ ਜਾਂਦੇ ਆ, ਕਿਤੇ ਨਾ ਕਿਤੇ ਦੁੱਖ ਲੱਗਦਾ, ਚੰਗੇ ਜੀਵਨ ਦੀ ਭਾਲ 'ਚ ਜਾਂਦੇ ਆ, ਜੇ ਉਹ ਮਾਹੌਲ ਅਸੀਂ ਕਰਨਾ ਤਾਂ ਸਾਨੂੰ ਹੀ ਪੈਣਾ ਨਾ ਰਲ ਮਿਲ ਕੇ ਸਾਰਿਆਂ ਨੂੰ। ਹੁਣ ਇਹ ਤਾਂ ਮੁੱਦਾ ਨਹੀਂ ਹੈਗਾ ਕਿ ਸਾਰੇ ਹੀ ਕੈਨੇਡਾ ਚਲੇ ਜਾਵਾਂਗੇ ਜਾਂ ਸਾਰੇ ਹੀ ਅਮਰੀਕਾ ਚਲੇ ਜਾਵਾਂਗੇ, ਕਦੇ ਵੀ ਨਹੀਂ ਹੋ ਸਕਦਾ। ਪੰਜਾਬ ਸਾਡਾ, ਸਾਡੀ ਧਰਤੀ ਹੈ, ਸਾਡਾ ਜੱਦੀ ਪੁਸ਼ਤੀ ਇਹਨਾਂ ਜ਼ਮੀਨਾਂ 'ਤੇ ਹੱਕ ਹੈ। ਸੋ ਤਾਂ ਕਰਕੇ ਨੌਜਵਾਨੀ ਨੂੰ ਲੋੜ ਹੈ, ਮੈਨੂੰ ਲੱਗਦਾ, ਸੁਹਿਰਦ ਲੋਕਾਂ ਨੂੰ ਲੈ ਕੇ ਸਿਆਸਤ ਦੇ ਵਿੱਚ ਵੀ ਆਉਣ ਦੀ, ਅਤੇ ਇੱਦਾਂ ਦੀਆਂ ਜਥੇਬੰਦੀਆਂ ਬਣਾਉਣ ਦੀ ਵੀ ਜਿਹੜੀਆਂ ਸਿਆਸਤਦਾਨਾਂ 'ਤੇ ਇੱਕ ਪਹਿਰਾ ਰੱਖ ਸਕਣ। ਨਹੀਂ ਤਾਂ ਫਿਰ ਜੇ ਨਹੀਂ ਇਹ ਸਟੈਪ ਲਵਾਂਗੇ ਤਾਂ ਫਿਰ ਗੌਰਮੈਂਟਾਂ ਵੱਲੋਂ ਤਾਂ ਝੂਠੇ ਪਰਚੇ ਆ ਜਿਹੜੇ ਉਹ ਬਿਲਕੁਲ ਤਿਆਰ ਬਰ ਤਿਆਰ ਹੈ। ਜੇ ਕੋਈ ਵੀ ਬੰਦਾ ਆਵਾਜ਼ ਚੱਕਣ ਦੀ ਕੋਸ਼ਿਸ਼ ਕਰੂਗਾ ਤਾਂ ਗੌਰਮੈਂਟ ਹਮੇਸ਼ਾ ਉਹਦੇ 'ਤੇ ਝੂਠੇ ਪਰਚੇ ਪਾ ਕੇ ਉਹਨੂੰ ਆਵਾਜ਼ ਨੂੰ ਦਬਾਊਗੀ। ਜੇ ਅੱਜ ਸਾਡੇ ਕੋਲ ਕੋਈ ਜਥੇਬੰਦੀ ਉੱਦਾਂ ਦੀ ਨੌਜਵਾਨੀ ਦੀ ਹੋਊਗੀ ਕਿ ਹਾਂ ਅਸੀਂ 10,000 ਬੰਦਾ ਇਕੱਠਾ ਕਰਕੇ ਧਰਨਾ ਲਾ ਸਕਦੇ ਹਾਂ ਕਿ ਤੁਸੀਂ ਕਿਸ ਵਿਹਾਵ 'ਤੇ ਪਰਚਾ ਪਾਇਆ। ਗੱਲ ਜਦੋਂ ਸੰਘਰਸ਼ਾਂ 'ਚ ਚੱਲਦੇ ਹਾਂ ਪਰਚਿਆਂ ਦੀ ਨਹੀਂ ਹੁੰਦੀ, ਪਰਚਾ ਇੱਕ ਛੱਡੋ, ਗੌਰਮੈਂਟ 35 ਪਾ ਦੇਵੇ ਨਾ ਸਾਨੂੰ ਕੋਈ ਪਰਵਾਹ। ਜੇ ਇਹ ਪਰਚੇ ਜਿਹੜੇ ਸਾਡੇ 'ਤੇ ਪਾਏ ਗਏ ਆ ਜਾਂ ਬਾਕੀ ਵੀਰਾਂ 'ਤੇ ਹੋਇਆ, ਜੇ ਤਾਂ ਪਾਏ ਗਏ ਆ ਡਰਾਉਣ ਦੀ ਭਾਵਨਾ ਨਾਲ ਕਿ ਅਸੀਂ ਉਹਨਾਂ ਨੂੰ ਡਰਾ ਕੇ ਘਰੇ ਬਿਠਾ ਦਾਂਗੇ, ਫਿਰ ਤਾਂ ਜੀ ਅਸੀਂ ਹੋਰ ਤਾਕਤ ਨਾਲ ਅੱਗੇ ਆਵਾਂਗੇ ਅਤੇ ਹੋਰ ਅਸੀਂ ਬਿਲਕੁਲ ਰੈਡੀ ਹਾਂ ਕਿ ਸਾਡੇ 'ਤੇ 20 ਪਰਚੇ ਹੋਰ ਪਾ ਦਿਉ, ਪਰ ਅਸੀਂ ਪਿੱਛੇ ਨਹੀਂ ਹਟਾਂਗੇ। ਜੇ ਮੰਨ ਲਓ ਪਾਏ ਗਏ ਆ ਪਰਚੇ ਇੱਕ ਕਾਨੂੰਨ ਦੇ ਅਧੀਨ, ਫਿਰ ਸਾਡੇ ਕੋਲ ਜਥੇਬੰਦੀਆਂ ਚਾਹੀਦੀਆਂ ਨੇ ਕਿ ਅਸੀਂ ਉਹਨਾਂ ਨੂੰ ਸਵਾਲ ਕਰ ਸਕੀਏ, ਭਾਈ ਇਹ ਕਾਰਨ ਕੀ ਬਣਿਆ, ਤੁਸੀਂ ਇਹ ਕਿਉਂ ਚੀਜ਼ਾਂ ਕਰ ਰਹੇ ਹੋ। ਆਪਣੀ ਲੋਕਤੰਤਰ ਦੀ ਖੂਬਸੂਰਤੀ ਇਹੀ ਹੁੰਦੀ ਹੈ ਨਾ, ਡੈਮੋਕ੍ਰੇਸੀ ਤਾਂ ਤੁਹਾਨੂੰ ਇਹੀ ਕਹਿੰਦੀ ਹੈ ਕਿ ਤੁਸੀਂ ਆਪਣੀ ਗੱਲ ਰੱਖੋ। ਲੋਕਤੰਤਰ 'ਚ ਲੋਕਾਂ ਦੀ ਸਰਕਾਰ ਹੁੰਦੀ ਹੈ, ਵੋਟਾਂ ਪਾ ਕੇ ਜਦੋਂ ਆਪਾਂ ਨੁਮਾਇੰਦਾ ਚੁਣਦੇ ਹਾਂ ਤਾਂ ਅਸੀਂ ਉਹਨਾਂ ਤੋਂ ਸਵਾਲ ਵੀ ਕਰ ਸਕਦੇ ਹਾਂ। ਬਿਊਰੋਕ੍ਰੇਸੀ ਵੀ ਹੈ ਜਿਹੜੀ ਸਾਨੂੰ ਜਵਾਬ ਦੇ ਹੈ, ਉਹ ਸਾਡੀ ਸੇਵਾ ਲਈ ਹੈ, ਤਾਂ ਅਸੀਂ ਸਵਾਲ ਕਰ ਸਕਦੇ ਹਾਂ। ਸਵਾਲ ਕਦੋਂ ਕਰਾਂਗੇ, ਜਦੋਂ ਤੱਕ ਇੱਕ ਸੰਗਠਨ ਅਸੀਂ ਵੱਡਾ ਨਹੀਂ ਬਣਾ ਕੇ
ਪੈਦਾ ਕਰ ਸਕਦੇ ਜਾਂ ਇੱਕ ਜਥੇਬੰਦੀ ਨਹੀਂ ਸਾਡੇ ਕੋਲ ਹੋਊਗੀ ਤਾਂ ਅਸੀਂ ਇਕੱਲਾ ਬੰਦਾ ਸਵਾਲ ਨਹੀਂ ਕਰੂਗਾ, ਇਕੱਲੇ ਬੰਦੇ ਦੀ ਆਵਾਜ਼ ਨੂੰ ਦੱਬ ਦੇਣਗੇ। ਜਦੋਂ ਸਾਡੇ ਕੋਲ ਮੈਨ ਪਾਵਰ ਹੋਊਗੀ, ਇਕੱਠ ਹੋਊਗਾ, ਹਰਿਆਣੇ ਦੀ ਮੈਂ ਐਗਜ਼ਾਮਪਲ ਲੈ ਲਵਾਂ, ਤਾਂ ਅਸੀਂ ਫਿਰ ਸਰਕਾਰਾਂ ਨੂੰ ਵੀ ਸਵਾਲ ਕਰ ਸਕਦੇ ਹਾਂ, ਅਸੀਂ ਬਿਊਰੋਕ੍ਰੇਟ ਨੂੰ ਵੀ ਸਵਾਲ ਕਰ ਸਕਦੇ ਹਾਂ, ਸਾਰੀਆਂ ਚੀਜ਼ਾਂ ਨੂੰ ਸਵਾਲ ਕਰ ਸਕਦੇ ਹਾਂ। ਤਾਂ ਕਰਕੇ ਇਸ ਕਿਸਾਨੀ ਸੰਘਰਸ਼ ਨੇ ਇੰਨੀਆਂ ਕੁ ਤਸਵੀਰਾਂ ਸਾਫ਼ ਕੀਤੀਆਂ। ਪ੍ਰੋਬਲਮਸ ਬਹੁਤ ਜ਼ਿਆਦਾ ਹੈ, 72 ਸਾਲ ਤੋਂ ਜਿਹੜੀਆਂ ਸਰਕਾਰਾਂ ਰਿਪੀਟ ਹੋ ਰਹੀਆਂ ਨੇ, ਉਹਨਾਂ ਨੇ ਮੈਨੂੰ ਲੱਗਦਾ ਕਿ ਪੰਜਾਬ ਦਾ ਐਡਾ ਕੁ ਵੱਡਾ ਜਿਹੜਾ ਘਾਣ ਕਰ ਦਿੱਤਾ। ਅੱਜ ਅਸੀਂ ਵੈਂਟੀਲੇਟਰ 'ਤੇ ਆਏ ਹੋਏ ਹਾਂ। ਅੱਜ ਲੋੜ ਹੈ ਨੌਜਵਾਨੀ ਨੂੰ ਰਵਾਇਤੀ ਪਾਰਟੀਆਂ 'ਚ ਵੀ ਅਜਿਹੀਆਂ ਜਥੇਬੰਦੀਆਂ ਬਣਾਉਣ ਦੀਆਂ, ਰਵਾਇਤੀ ਪਾਰਟੀਆਂ ਵੀ ਆਉਂਦੀਆਂ ਨੇ, ਉਹਨਾਂ 'ਤੇ ਵੀ ਇਹ ਜਥੇਬੰਦੀਆਂ ਕੰਮ ਕਰਨ, ਉਹਨਾਂ ਤੋਂ ਵੀ ਸਵਾਲ ਕਰਨ ਕਿ ਤੁਹਾਡੀ ਜ਼ਿੰਮੇਵਾਰੀ ਕੀ ਹੈ, ਤੁਸੀਂ ਸਾਨੂੰ ਇੱਥੇ ਇੱਥੇ ਜਵਾਬ ਦਿਓ, ਤੁਸੀਂ ਇਹ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਿਉਂ ਨਹੀਂ ਕੀਤੇ। ਸੋ ਲੋੜ ਹੈ ਅੱਜ। ਜ਼ਿਆਦਾ ਸਮਾਂ ਨਹੀਂ ਲਊਂਗੀ ਜਸਪਰ, ਦੋ ਕੁ ਸਵਾਲ ਮੇਰੇ ਹੈਗੇ। ਇੱਕ ਤਾਂ ਡੈਮੋਕ੍ਰੇਸੀ ਦੀ ਤੁਸੀਂ ਗੱਲ ਕੀਤੀ ਹੈ, ਬਹੁਤ ਸਾਰੇ ਲੋਕ ਕਹਿੰਦੇ ਕਿ ਤਾਨਾਸ਼ਾਹੀ ਜਿਹੜੀ ਹੈ ਉਹ ਜ਼ਿਆਦਾ ਵੱਧ ਗਈ ਹੈ, ਤੁਹਾਨੂੰ ਵੀ ਲੱਗਦਾ ਤਾਨਾਸ਼ਾਹੀ ਵੱਧ ਗਈ ਹੈ? ਓਬਵੀਅਸਲੀ ਗੱਲ ਹੈ, ਤਾਨਾਸ਼ਾਹੀ ਦੇ ਪੱਟੇ ਹੋਏ ਤਾਂ ਜੀ ਅੱਜ 7 ਮਹੀਨਿਆਂ ਤੋਂ ਸੜਕਾਂ 'ਤੇ ਬੈਠੇ ਆ, 85-85 ਸਾਲ ਦੇ ਬਜ਼ੁਰਗ ਹੈ, ਅਤੇ ਪ੍ਰਧਾਨ ਮੰਤਰੀ ਸਿਰਫ 25 ਕਿਲੋਮੀਟਰ ਦੀ 30-30 ਕਿਲੋਮੀਟਰ ਦੀ ਦੂਰੀ 'ਤੇ ਹੈ। ਕਰੋਨਾ ਕਰਕੇ ਜਿੰਨੇ ਭਰਾ ਸਾਡੇ ਚਲੇ ਗਏ, ਸਾਡੇ ਜੀ ਚਲੇ ਗਏ, ਉਹ ਵੀ ਸਾਡੇ ਆ, ਅਤੇ ਸਾਡੀ ਉਹਨਾਂ ਨਾਲ ਸਿੰਪਤੀ ਹੈ, ਪਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਲਈ ਭਾਵੁਕ ਹੁੰਦੇ ਆ, ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ, ਪਰ ਜਿਹੜੇ ਸਾਡੇ ਵੀਰ ਨੌਜਵਾਨ 30-30 ਸਾਲ ਦੇ ਸ਼ਹਾਦਤਾਂ ਪਾ ਗਏ, 550 ਤੋਂ ਉੱਤੇ ਸ਼ਹੀਦੀਆਂ ਹੋ ਗਈਆਂ, ਜਿਨ੍ਹਾਂ ਚੁੱਲ੍ਹਿਆਂ 'ਚੋਂ ਅੱਗ ਬੁੱਝ ਗਈ, ਜਿਹਦਾ ਬੰਦਾ ਚਲੇ ਗਿਆ, ਉਹਦੇ ਲਈ ਇੱਕ ਸ਼ਬਦ, ਬਲਕਿ ਫਿਰ ਮੈਂ ਉਹੀ ਗੱਲ ਰਿਪੀਟ ਕਰਦਾ ਆਪਣੀ ਕਿ ਅੰਨਦਾਤਾ ਕਿਹਾ ਜਾਂਦਾ, ਰੱਬ ਦਾ ਰੁਤਬਾ ਦਿੱਤਾ ਜਾਂਦਾ ਕਿਸਾਨ ਨੂੰ। ਉਹਨਾਂ ਦੀ ਗੌਰਮੈਂਟ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਦੀ ਇਨਕਮ ਦੁੱਗਣੀ ਕਰ ਦਾਂਗੇ, ਕਿਸਾਨੀ ਨੂੰ ਅਸੀਂ ਖੁਸ਼ਹਾਲ ਕਰ ਦਾਂਗੇ, ਕਰਜ਼ੇ 'ਤੇ ਲੀਕ ਮਾਰ ਦਾਂਗੇ। ਉਹਨਾਂ ਦੇ ਲਈ ਇੱਕ ਸ਼ਬਦ ਵੀ ਜਿਹੜਾ ਪ੍ਰਧਾਨ ਮੰਤਰੀ ਦੇ ਸਾਹਿਬ ਦੇ ਮੂੰਹ 'ਚੋਂ ਨਹੀਂ ਨਿਕਲਿਆ। ਕਿਉਂ? ਕਿਉਂਕਿ ਕਮਾਂਡ ਅੱਜ ਪੂਰੀ ਦੁਨੀਆ ਨੂੰ ਪਤਾ ਲੱਗ ਗਿਆ, ਕਮਾਂਡ ਕਾਰਪੋਰੇਟ ਕਰ ਰਿਹਾ, ਅਤੇ ਪਿੱਛੋਂ ਕਾਰਪੋਰੇਟ ਦੀ ਬੋਲੀ ਗੌਰਮੈਂਟ ਬੋਲ ਰਹੀ ਹੈ। ਤਾਂ ਇਹ ਜਿਹੜਾ ਇੱਕ ਬੰਦੇ ਦੇ ਹੱਥ ਨੂੰ ਜਾਂ ਕੁਝ ਪਰਿਵਾਰਾਂ ਨੂੰ ਤੁਸੀਂ ਫਾਇਦੇ ਦੇਣੇ ਆ ਜਾਂ ਤਾਕਤਾਂ ਦਾ ਗਲਤ ਇਸਤੇਮਾਲ ਕਰਨਾ, ਇਹ ਡਿਕਟੇਟਰਸ਼ਿਪ 'ਚ ਹੀ ਹੁੰਦਾ, ਇਹ ਲੋਕਤੰਤਰ 'ਚ ਨਹੀਂ ਹੁੰਦਾ। ਲੋਕਤੰਤਰ ਦੀ ਖੂਬਸੂਰਤੀ ਤਾਂ ਇਹ ਹੁੰਦੀ ਹੈ ਕਿ ਜਿੱਥੇ ਤੁਹਾਡੇ ਵੱਲੋਂ ਚੁਣਿਆ ਹੋਇਆ ਆਗੂ ਤੁਹਾਡੇ ਮੁਤਾਬਕ ਕੰਮ ਨਹੀਂ ਕਰ ਰਿਹਾ, ਤਾਂ ਤੁਸੀਂ ਧਰਨਾ ਲਾ ਕੇ ਇੱਕ ਵੱਡਾ ਇਕੱਠ ਕਰਕੇ ਉਹਨੂੰ ਉਹਦੇ ਅਹੁਦੇ ਤੋਂ ਹਟਾ ਵੀ ਸਕਦੇ ਹੋ, ਅਸਤੀਫਾ ਦੇਣ ਲਈ ਮਜਬੂਰ ਵੀ ਕਰ ਸਕਦੇ ਹੋ, ਜਾਂ ਉਹਦੇ ਤੋਂ ਕੰਮ ਸਹੀ ਕਰਵਾ ਵੀ ਸਕਦੇ ਹੋ। ਹੁਣ ਸਾਡੇ ਕੋਲ ਤਾਂ ਰਾਈਟ ਲੋਕਤੰਤਰ ਦੇ ਵਿੱਚ ਇਹ ਹੈ ਕਿ ਅਸੀਂ ਤਾਂ ਧਰਨਾ ਹੀ ਲਾ ਸਕਦੇ ਹਾਂ, ਅਸੀਂ ਆਪਦੀ ਗੱਲ ਕਹਿ ਸਕਦੇ ਹਾਂ, ਕਰਨਾ ਤਾਂ ਗੌਰਮੈਂਟ ਨੇ ਆ ਨਾ। ਹੁਣ ਗੌਰਮੈਂਟ ਬਿਲਕੁਲ ਇੱਕ ਤਾਨਾਸ਼ਾਹ ਰੁਪਈਆ ਗੌਰਮੈਂਟ ਦਾ ਅਪਣਾਇਆ ਹੋਇਆ, ਚੰਦ ਜਿਹੜੇ ਪਰਿਵਾਰ ਨੇ ਉਹਨਾਂ ਦੇ ਇਸ਼ਾਰਿਆਂ 'ਤੇ ਕੰਮ ਕਰਨਾ, ਤਾਂ ਮੈਨੂੰ ਲੱਗਦਾ ਕਿ ਬਿਲਕੁਲ ਡੈਮੋਕ੍ਰੇਸੀ ਦਾ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ, ਅਤੇ ਸਭ ਤੋਂ ਵੱਡਾ ਜਿਹੜਾ ਘਾਣ ਅਤੇ ਕਤਲ ਹੋਇਆ ਉਹ ਭਾਰਤ ਦੇ ਵਿੱਚ ਹੋਇਆ। ਤੁਹਾਨੂੰ ਲੱਗਦਾ ਕਿ ਇਹ ਮੁੱਕੂਗੀ ਕਦੀ, ਖਤਮ ਹੋਵੇਗੀ? ਡੈਫੀਨੇਟਲੀ ਜਿਹੜਾ ਕਿਸਾਨੀ ਸੰਘਰਸ਼ ਹੈ ਜੀ, ਜੇ ਹੁਣ ਆਪਾਂ ਟੈਕਨੀਕਲ ਤਰੀਕੇ ਨਾਲ ਇੱਕ ਦੋ ਚੀਜ਼ਾਂ ਨੂੰ ਨਿਗਾਹ ਮਾਰੀਏ ਪਿੱਛੇ, ਇਕੱਲਾ ਭਾਰਤ ਨਹੀਂ, ਇਕੱਲਾ ਪੰਜਾਬ ਨਹੀਂ। ਪੰਜਾਬ ਤੋਂ ਇਹ ਗੱਲ ਕਹੀ ਜਾਂਦੀ ਸੀ ਕਿ ਬਾਕੀ ਭਾਰਤ ਦੇ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਹੀਂ, ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੋਬਲਮ ਹੈ, ਉਹ ਇਸ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ, ਕਿਉਂਕਿ ਇਹਨਾਂ ਦੀਆਂ ਤਾਰਾਂ ਪਿੱਛੇ ਪਾਕਿਸਤਾਨ ਨਾਲ ਜੁੜਦੀਆਂ ਨੇ, ਕਦੇ ਚਾਈਨਾ ਦੀ ਫੰਡਿੰਗ ਆਉਂਦੀ ਹੈ, ਬੜਾ ਭੰਡਿਆ ਗਿਆ। ਪਰ ਜਦੋਂ ਪੰਜਾਬ ਨੇ ਅਗਵਾਈ ਕੀਤੀ, ਹਰਿਆਣਾ ਲੈ ਲਿਆ ਨਾਲ, ਸਾਰਾ ਇੱਕ ਭਾਰਤ ਇੱਕ ਪਲੇਟਫਾਰਮ 'ਤੇ ਆ ਗਿਆ, ਦਿੱਲੀ ਲੱਖਾਂ ਦੀ ਗਿਣਤੀ 'ਚ ਕਿਸਾਨ ਭਾਈਚਾਰਾ ਆ ਗਿਆ, ਤਾਂ ਉਹਦੇ ਨਾਲ ਨਾਲ ਚਾਹੇ ਨੋਟਬੰਦੀ ਕੀਤੀ, ਪਹਿਲਾਂ ਗੌਰਮੈਂਟ ਨੇ ਧਾਰਾ 370 ਤੋੜੀ, ਹੋਰ ਵੀ ਬੜੇ ਚੰਗੇ ਮਾੜੇ ਬਿੱਲ ਲੈ ਕੇ ਆਏ, ਉਹ ਲੋਕਾਂ ਨੂੰ ਵੀ ਇੱਕ ਬਲ ਮਿਲਿਆ ਵੀ ਯਾਰ ਜੇ ਕਿਸਾਨ ਆਪਣੀ ਗੱਲ ਰੱਖ ਸਕਦੇ ਆ ਤਾਂ ਅਸੀਂ ਕਿਉਂ ਨਹੀਂ ਰੱਖ ਸਕਦੇ। ਘੱਟ ਗਿਣਤੀਆਂ 'ਤੇ ਹਮੇਸ਼ਾ ਧੱਕਾ ਹੁੰਦਾ ਗਿਆ, ਉਹਨਾਂ ਨੂੰ ਵੀ ਬਲ ਮਿਲਿਆ, ਜੇ ਯਾਰ ਕਿਸਾਨ ਅੱਜ ਬੋਲ ਸਕਦੇ ਆ, ਜੇ ਕਿਸਾਨਾਂ ਨਾਲ ਸਾਰੇ ਦੇਸ਼ ਦੀ ਸਿੰਪਤੀ ਜੁੜ ਸਕਦੀ ਆ, ਦੇਸ਼ ਛੱਡੋ ਅੱਜ ਦੁਨੀਆ ਪੂਰੀ ਜਿੱਥੇ ਕਿਸਾਨ ਸ਼ਬਦ ਦਾ ਵੀ ਨਹੀਂ ਪਤਾ ਸੀ, ਉਹ ਵੀ ਅੱਜ ਕਿਸਾਨੀ ਦੇ ਨਾਲ ਖੜ੍ਹੇ ਹੈ, ਤਾਂ ਲੋਕਾਂ ਨੂੰ ਮਜ਼ਬੂਤੀ ਮਿਲੀ ਹੈ। ਉਹਦਾ ਵੱਡਾ ਸਬਕ ਜਿਹੜਾ ਬੀਜੇਪੀ ਦੀ ਗੌਰਮੈਂਟ ਨੂੰ ਬੰਗਾਲ ਦੇ ਵਿੱਚ ਭੁਗਤਣਾ ਪਿਆ, ਅੱਗੇ ਯੂਪੀ ਦੇਖੋ, ਸੱਤਾਧਾਰੀ ਲੋਕਾਂ ਦਾ ਮਤਲਬ ਸਿਰਫ ਕੁਰਸੀ ਤੱਕ ਹੁੰਦਾ, ਜਦੋਂ ਉਹਨਾਂ ਨੂੰ ਲੱਗਦਾ ਕਿ ਸਾਡੇ ਹੱਥੋਂ ਕੁਰਸੀ ਜਾਣ ਵਾਲੀ ਹੈ ਤਾਂ ਫਿਰ ਉਹ ਸਭ ਕੁਛ ਕਰਦੇ ਆ। ਹੁਣ ਬੰਗਾਲ ਇੱਕ ਵੱਡਾ ਸੂਬਾ, ਕਿਸਾਨ ਉੱਥੇ ਗਏ, ਸਨੈਰੀਓ ਹੀ ਬਦਲ ਕੇ ਰੱਖਤਾ, ਜਿੱਥੇ ਬੀਜੇਪੀ ਇਹ ਦਾਅਵਾ ਕਰਦੀ ਸੀ ਕਿ ਅਸੀਂ ਬਿਲਕੁਲ ਪਿਓਰ ਗੌਰਮੈਂਟ ਬੰਗਾਲ ਦੇ ਵਿੱਚ ਬਣਾਵਾਂਗੇ, ਬਹੁਤ ਵੱਡਾ ਡੈਮੇਜ ਦਿੱਤਾ, ਮਮਤਾ ਜਿਤਾਈ ਹੈ, ਕਿਸਾਨੀ ਸੰਘਰਸ਼ ਦਾ ਬਹੁਤ ਵੱਡਾ ਉਹਦੇ 'ਚ ਹੱਥ ਹੈ। ਅੱਗੇ ਯੂਪੀ ਇੱਕ ਬਹੁਤ ਵੱਡਾ ਭਾਰਤ ਦਾ ਸਭ ਤੋਂ ਵੱਡਾ ਸੂਬਾ, ਯੂਪੀ ਦੇ ਵਿੱਚ ਇਲੈਕਸ਼ਨ ਹੈ, ਪੰਜਾਬ ਦੇ ਵਿੱਚ ਇਲੈਕਸ਼ਨ ਹੈ, ਤਾਂ ਮੈਨੂੰ ਲੱਗਦਾ ਕਿ ਲੋਕ ਇਲੈਕਸ਼ਨ ਦੇ ਰਾਹੀਂ ਹੀ ਜਵਾਬ ਦੇ ਰਹੇ ਹੈ, ਅਤੇ ਇਹ ਹੁਣ ਲੋਕ ਜਵਾਬ ਵੀ ਦੇਣ ਲੱਗ ਗਏ, ਲੋਕ ਇਕੱਠੇ ਹੋਣ ਲੱਗ ਗਏ ਗੌਰਮੈਂਟ ਦੇ ਖਿਲਾਫ, ਜਿਹੜੀਆਂ ਛੋਟੀਆਂ ਛੋਟੀਆਂ ਪਾਰਟੀਆਂ ਵੀ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਕਿ 10 ਸਾਲ ਦੀ ਸੱਤਾ ਦੇ ਵਿੱਚ ਰਹਿਣ ਕਰਕੇ ਪਾਵਰ ਵੀ ਬਹੁਤ ਹੈ, ਪੈਸਾ ਵੀ ਬਹੁਤ ਹੈ, ਫੰਡਿੰਗ ਵੀ ਬਹੁਤ ਹੈ,
ਛੋਟੇ ਛੋਟੇ ਹਿੱਸਿਆਂ 'ਚ ਨਹੀਂ ਲੜਿਆ ਜਾਊਗਾ, ਸਾਨੂੰ ਇਕੱਠੇ ਹੋਣਾ ਪੈਣਾ। ਉਹ ਸਾਰੀਆਂ ਪਾਰਟੀਆਂ ਵੀ ਏਕਾ ਕਰ ਰਹੀਆਂ ਨੇ ਪੂਰੇ ਭਾਰਤ ਦੀਆਂ, ਅਤੇ ਲੋਕ ਵੀ ਲਗਾਤਾਰ ਧਰਨੇ ਪ੍ਰਦਰਸ਼ਨ ਕਰਕੇ ਗੌਰਮੈਂਟ ਦੇ ਖਿਲਾਫ ਆਪਣੀਆਂ ਮੰਗਾਂ ਦੀ, ਆਪਣੀ ਇੱਕ ਖੇਤੀ ਨੂੰ ਆਜ਼ਾਦ ਕਰਾਉਣ ਦਾ ਤਾਂ ਸਾਡਾ ਮੁੱਦਾ ਹੈ ਹੀ ਹੈ, ਡੈਮੋਕ੍ਰੇਸੀ ਨੂੰ ਆਜ਼ਾਦ ਕਰਾਉਣ ਦਾ, ਜਿਹੜੀ ਖੂਬਸੂਰਤੀ ਹੈ ਕਿ ਹਰ ਇੱਕ ਬੰਦੇ ਦੀ ਗੱਲ ਹੈ ਜਿਹੜੀ ਉਹ ਖੁੱਲ੍ਹ ਕੇ ਅੱਗੇ ਰੱਖੀ ਜਾਵੇ, ਉਹਨੂੰ ਦਬਾਇਆ ਨਾ ਜਾਵੇ, ਸੰਘਰਸ਼ ਕਰ ਰਹੇ ਆ। ਅਤੇ 200% ਜਿਹੜੀ 2024 ਹੈ ਉਦੋਂ ਤੱਕ ਇਸ ਗੌਰਮੈਂਟ ਨੂੰ ਜੇ ਇਹਨੇ ਬੈਲੈਂਸ ਨਾ ਕੀਤਾ, ਸਾਨੂੰ ਸਾਡਾ ਮਕਸਦ ਕਿਸੇ ਨੂੰ ਹਰਾਉਣਾ ਜਿਤਾਉਣਾ ਨਹੀਂ ਹੈਗਾ। ਜੇ ਤੁਹਾਨੂੰ ਚੁਣਿਆ ਤਾਂ ਤੁਹਾਨੂੰ ਲੋਕਾਂ ਦੇ ਹਿਸਾਬ ਨਾਲ ਕੰਮ ਕਰਨਾ ਚਾਹੀਦਾ। ਜੇ ਨਾ ਇਹਨਾਂ ਨੇ ਬੈਲੈਂਸ ਕੀਤਾ, ਨਾ ਇਹ ਜਿਹੜੇ ਬਿੱਲ ਟੇਢੇ ਮੇਢੇ ਲੈ ਕੇ ਆਏ ਆ ਕਿਸੇ ਵੀ ਵਰਗ 'ਚ, ਨਾ ਇਹਨਾਂ ਨੇ ਵਾਪਸ ਲਏ, ਤਾਂ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਊਗਾ। ਉਹ ਇੱਕ ਲੋਕਤੰਤਰ ਦੀ ਖੂਬਸੂਰਤੀ ਹੋਊਗੀ ਕਿ ਲੋਕ ਇਕੱਠੇ ਹੋ ਕੇ ਜਿਵੇਂ ਬੰਗਾਲ 'ਚ ਹਾਰੇ ਆ, ਅੱਗੇ ਯੂਪੀ ਲਈ ਤਿਆਰ ਰਹਿਣ, ਪੰਜਾਬ ਲਈ ਤਿਆਰ ਰਹਿਣ। ਲੋਕਾਂ ਦੀ ਜਿਹੜੀ ਤਾਕਤ ਹੈ, ਇਕਜੁੱਟਤਾ ਹੈ, ਉਹ ਸਭ ਕੁਛ ਬਦਲ ਸਕਦੀ ਹੈ। ਅਤੇ ਇਹ ਜਿਹੜਾ ਤਾਨਾਸ਼ਾਹ ਤੰਤਰ ਚੱਲ ਰਿਹਾ, ਇਹਨੂੰ ਵੀ ਆਉਣ ਵਾਲੇ ਸਮੇਂ 'ਚ ਲੋਕ ਬਦਲਣਗੇ ਜੀ। ਜੈਸ ਅਸੀਂ ਸਿਆਸਤ ਦੀ ਗੱਲ ਕਰ ਲਈ, ਅਸੀਂ ਕਿਸਾਨੀ ਸੰਘਰਸ਼ ਦੀ ਗੱਲ ਕਰ ਲਈ, ਅਸੀਂ ਤੁਹਾਡੇ ਕਰੀਅਰ ਦੀ ਗੱਲ ਕਰ ਲਈ, ਮੈਂ ਤੁਹਾਡੀ ਪਰਸਨਲ ਲਾਈਫ ਦੇ ਬਾਰੇ ਇੱਕ ਸਵਾਲ ਕਰਨਾ ਚਾਹੂੰਗੀ। ਕਿਸਾਨੀ ਸੰਘਰਸ਼ ਦੇ ਚੱਲਦਿਆਂ ਦੌਰਾਨ ਹੀ ਤੁਸੀਂ ਜਿਹੜਾ ਹੈ ਵਿਆਹ ਕਰਵਾਇਆ, ਤੁਸੀਂ ਉਸ ਟਾਈਮ ਤੋਂ ਹੀ ਜਿਹੜਾ ਹੈ ਲਗਾਤਾਰ ਧਰਨਿਆਂ 'ਤੇ ਹੀ ਜਾਂਦੇ ਰਹੇ ਔਰ ਹਜੇ ਵੀ ਡਟੇ ਹੋਏ ਹੋ, ਪਰਸਨਲ ਲਾਈਫ ਦੇ ਵਿੱਚ ਟਾਈਮ ਦੇ ਪਾ ਰਹੇ ਹੋ ਆਪਣਾ? ਔਰ ਤੁਹਾਡੇ ਵਾਈਫ ਜਿਹੜੇ ਹੈ, ਓਬਵੀਅਸਲੀ ਜਦੋਂ ਕੋਈ ਇੱਕ ਪਰਸਨ ਸਾਡੀ ਲਾਈਫ ਦੇ ਵਿੱਚ ਨਵਾਂ ਜੁੜਦਾ, ਉਹਨੂੰ ਚਾਹੇ ਉਹਨੂੰ ਵੀ ਹੁੰਦਾ ਹੈ ਕਿ ਮੈਨੂੰ ਟਾਈਮ ਦੇਵੇ, ਸੋ ਜਸ ਉਹ ਟਾਈਮ ਦੇ ਪਾ ਰਹੇ ਨੇ? ਜੇ ਸੱਚ ਪੁੱਛੋ ਤਾਂ ਨਹੀਂ ਦੇ ਪਾ ਰਿਹਾ। ਬੇਸ਼ੱਕ ਮੇਰਾ ਚਾਹੇ ਨਵਾਂ ਨਵਾਂ ਵਿਆਹ ਹੋਇਆ, ਸੈਕਰੀਫਾਈਸ ਚੀਜ਼ਾਂ ਕਰਨੀਆਂ ਪੈਂਦੀਆਂ ਨੇ। ਉਹ ਮੇਰੀ ਜਿਹੜੀ ਫੈਮਿਲੀ ਹੈ, ਉਹ ਹੁਣ ਜਦੋਂ ਇੱਕ ਇੱਕ ਮੂਮੈਂਟ ਹੁੰਦੇ ਆ ਤੁਹਾਡੀ ਜ਼ਿੰਦਗੀ ਦੇ, ਜਿਹੜਾ ਦਿਨ ਅੱਜ ਆ ਗਿਆ ਉਹਨੇ ਕੱਲ੍ਹ ਨੂੰ ਨਹੀਂ ਆਉਣਾ। ਸੋ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇੱਕ ਮੈਂ ਥੈਂਕਸ ਕਰੂੰਗਾ ਆਪਣੀ ਵਾਈਫ ਦਾ ਵੀ, ਆਪਣੀ ਫੈਮਿਲੀ ਦਾ ਵੀ, ਕਿ ਇੱਕ ਤਾਂ ਉਹ ਮੈਨੂੰ ਹੌਂਸਲਾ ਦਿੰਦੇ ਆ ਕਿ ਠੀਕ ਹੈ, ਸਾਰਾ ਪੰਜਾਬ ਅੱਜ ਮੁੱਦਾ ਹਰ ਇੱਕ ਚੀਜ਼ ਤੋਂ ਵੱਡਾ, ਸਾਡੇ ਕੈਰੀਅਰ ਤੋਂ ਵੀ ਵੱਡਾ, ਸਾਡੇ ਪਰਿਵਾਰ ਤੋਂ ਵੀ ਵੱਡਾ, ਹਰ ਇੱਕ ਚੀਜ਼ ਤੋਂ ਵੱਡਾ। ਤਾਂ ਕਿਤੇ ਨਾ ਕਿਤੇ ਫੈਮਿਲੀ ਸਪੋਰਟ ਵੀ ਕਰ ਰਹੀ ਹੈ, ਟਾਈਮ ਜਿੰਨਾ ਕੋਸ਼ਿਸ਼ ਹੁੰਦੀ ਆ ਕਿ ਵੱਧ ਤੋਂ ਵੱਧ ਜਿੰਨਾ ਦੇ ਸਕੀਏ ਉਨਾ ਦੇ, ਨਹੀਂ ਦੇ ਹੁੰਦਾ। ਹੁਣ ਪਿਛਲੇ ਦਿਨਾਂ ਦਰਮਿਆਨ ਆ ਜਿਹੜਾ ਚੰਡੀਗੜ੍ਹ ਦੇ ਵਿੱਚ ਪਰਚੇ ਹੋਏ ਆ, ਫਿਰ ਵੀ ਪਰਿਵਾਰ ਹੈ ਤੁਹਾਡਾ, ਫਿਕਰ ਕਰਦਾ, ਕਿਤੇ ਨਾ ਕਿਤੇ ਦਿਲ 'ਚ ਡਰ ਵੀ ਆ ਜਾਂਦਾ। ਪਰ ਮੈਂ ਇਸ ਗੱਲੋਂ ਵੀ ਧੰਨਵਾਦ ਕਰੂੰਗਾ ਆਪਣੇ ਪਰਿਵਾਰ ਦਾ, ਆਪਣੀ ਫੈਮਿਲੀ ਦਾ, ਕਿ ਉਹ ਮੇਰਾ ਸਾਥ ਦਿੰਦੇ ਆ ਕਿ ਕੋਈ ਗੱਲ ਨਹੀਂ, ਜੇ ਅਸੀਂ ਸੱਚੇ ਹਾਂ ਤਾਂ ਸਾਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਕਰਨ ਦੀ ਲੋੜ ਨਹੀਂ। ਅੱਜ ਪੂਰਾ ਪੰਜਾਬ ਕੀ ਪੂਰਾ ਹਰਿਆਣਾ, ਭਾਰਤ ਅੱਜ ਸਾਡੇ ਨਾਲ ਖੜ੍ਹਾ, ਕਿ ਪਤਾ ਹੈ ਕਿ ਅਸੀਂ ਇੱਕ ਸੱਚਾਈ ਦੇ ਖਿਲਾਫ, ਬੁਰਾਈ ਦੇ ਖਿਲਾਫ ਸੱਚਾਈ ਦੀ ਜੰਗ ਛਿੜੀ ਹੋਈ ਆ। ਗੌਰਮੈਂਟ ਧੱਕਾ ਕਰ ਰਹੀ ਹੈ, ਪਰਿਵਾਰ ਦਾ ਮਜ਼ਬੂਤੀ ਨਾਲ ਸਾਥ ਹੈ, ਪਰ ਜਿੱਥੇ ਗੱਲ ਟਾਈਮ ਦੀ ਆ ਜਾਵੇ, ਉਹ ਮੂਮੈਂਟ ਨੇ ਜਿਹੜੇ ਇੱਕ ਤੁਹਾਡੇ ਵਿਆਹ ਤੋਂ ਬਾਅਦ ਹੁੰਦੇ ਆ, ਉਹ ਸ਼ਾਇਦ ਮਿਸ ਹੋ ਜਾਣਗੇ। ਪਰ ਇੱਕ ਮਹਾਰਾਜ ਭਾਗ ਲਾਵੇ, ਇੱਕ ਜ਼ਿੰਦਗੀ ਹੁੰਦੀ ਹੈ, ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਪਰਿਵਾਰ ਨੂੰ ਵੀ ਉਨਾ ਟਾਈਮ ਵੱਧ ਤੋਂ ਵੱਧ ਦਿੱਤਾ ਜਾਵੇ। ਅਤੇ ਮੇਨ ਮੁੱਦਾ ਸਾਡਾ, ਵਾਰ ਵਾਰ ਫਿਰ ਗੱਲ ਇੱਕੋ ਹੀ ਆ ਜਾਂਦੀ ਹੈ ਕਿ ਮੇਨ ਮੁੱਦਾ ਸਾਡਾ ਇਹ ਹੈ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ, ਇਹਨਾਂ ਨੂੰ ਰੱਦ ਕਰਾ ਕੇ ਸਾਡੀਆਂ ਜਿਹੜੀਆਂ ਸ਼ਹਾਦਤਾਂ ਹੋਈਆਂ ਨੇ ਉਹ ਵਿਅਰਥ ਨਾ ਜਾਣ, ਜਿਹੜੀਆਂ ਅਸੀਂ ਕੁਰਬਾਨੀਆਂ ਇਹ ਸੰਘਰਸ਼ ਪਿੱਛੇ ਦਿੱਤੀਆਂ ਨੇ ਉਹ ਵਿਅਰਥ ਨਾ ਜਾਣ। ਇਹ ਚੀਜ਼ਾਂ ਤਾਂ ਜੀ ਹੌਲੀ ਹੌਲੀ ਸਮੇਂ ਦੇ ਅਨੁਸਾਰ, ਕਿਉਂਕਿ ਜਿਹੜੀ ਮੇਰੀ ਫੈਮਿਲੀ ਆ ਉਹ ਵੀ ਖੇਤੀਬਾੜੀ ਨਾਲ ਸੰਬੰਧਿਤ ਰੱਖਦੇ ਆ, ਉਹਨਾਂ ਨੂੰ ਵੀ ਪਤਾ ਕਿ ਕਿੰਨਾ ਇਹ ਗਲਤ ਹੋ ਰਿਹਾ ਗੌਰਮੈਂਟ ਦੇ ਨਾਲ। ਬਾਕੀ ਤਾਂ ਚੀਜ਼ਾਂ ਕਵਰ ਹੋ ਜਾਂਦੀਆਂ ਨੇ। ਮੇਨ ਮੁੱਦਾ ਸਾਡਾ ਸਿਰਫ ਇਹੀ ਹੈ ਕਿ ਇਹ ਜਿਹੜੇ ਤਿੰਨ ਕਾਲੇ ਕਾਨੂੰਨ ਨੇ, ਗੌਰਮੈਂਟ ਜਲਦ ਤੋਂ ਜਲਦ ਵਾਪਸ ਲਵੇ, ਅਤੇ ਪੰਜਾਬ ਅਤੇ ਪੂਰੇ ਦੇਸ਼ ਦੁਨੀਆ ਦੇ ਕਿਸਾਨ ਜਿਹੜੇ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਆ, ਵਾਪਸ ਆਪਦਿਆਂ ਪਰਿਵਾਰਾਂ 'ਚ, ਆਪਦਿਆਂ ਖੇਤਾਂ 'ਚ ਵਾਪਸ ਆਉਣ। ਤੁਹਾਡਾ ਬਹੁਤ ਬਹੁਤ ਧੰਨਵਾਦ ਜੈਸ, ਸਾਨੂੰ ਆਪਣਾ ਸਮਾਂ ਦੇਣ ਦੇ ਲਈ। ਥੈਂਕ ਯੂ ਸੋ ਮਚ। ਸੋ ਇਹ ਸੀ ਸਾਡੇ ਨਾਲ ਜੈਸ ਬਾਜਵਾ ਜੀ, ਔਰ ਹਰ ਇੱਕ ਮੁੱਦੇ 'ਤੇ ਅਸੀਂ ਗੱਲਬਾਤ ਕੀਤੀ, ਔਰ ਤੁਸੀਂ ਸੁਣਿਆ ਕਿ ਜੈਸ ਕੀ ਵਿਚਾਰ ਰੱਖਦੇ ਨੇ ਕਿਸਾਨੀ ਸੰਘਰਸ਼ ਨੂੰ ਲੈ ਕੇ, ਪੰਜਾਬ ਦੀ ਸਿਆਸਤ ਨੂੰ ਲੈ ਕੇ, ਜੋ ਭਾਰਤ ਦੀ ਸਿਆਸਤ ਉਸ ਨੂੰ ਲੈ ਕੇ। ਸੋ ਅਗਲੀ ਵਾਰ ਮਿਲਦੇ ਹਾਂ, ਉਦੋਂ ਤੱਕ ਮੈਨੂੰ ਯਾਨੀ ਕਿ ਨੇਹਾ ਮਨਾਸ ਤੁਸੀਂ ਜਦ ਦੇਵੋ। ਸਤਿ ਸ਼੍ਰੀ ਅਕਾਲ।